क्योंकि लखां पेज है जिहड़े मिलियन पेज लोगों ने बनाए होंगे ने, मिलियन की तादाद होंगी है, तो एक झटके दे विच चैनल बंद हो जाता। की करोगे तुसीं, किस पासे नूं कहानी जाएगी? असीं ऑनलाइन ऑनलाइन का रौला पाने आ कि ऑनलाइन ही सारा जरूरी है, पर ऑनलाइन भी सारा बहुत जरूरी नहीं है। उन्होंने भी कसूर नहीं है ना जी, तो हम 7-8 महीने पहले ना थोड़े मुल्क जाके आया था, तो मोदी उन्होंने पता नहीं कड़े ट्वीट दे देते हैं, जो मोदी की पॉलिसी वही पॉलिसी उठी है जी। बाकी ये भी झूठ बोल लगा के पिछा नहीं देखता। बाकी तुम्हारा सवाल, मोदी सरकार हर तरसों पब्लिक की आवाज दवा रही है, घटिया तो घटिया हरकत कर रही है जिसे कि किसी के हक में नहीं जाती है। ਸੱਤਰ ਸਾਲਾਂ ਚ ਨਹੀਂ ਸਮਝੇ ਇਹਨਾਂ ਦੀ ਕੁੱਟ ਖਾ ਖਾ ਕੇ, ਹਰ ਇੱਕ ਡਿਪਾਰਟਮੈਂਟ ਨੂੰ ਕੁੱਟਿਆ, ਇਹਨਾਂ ਟੀਚਰਾਂ ਨੂੰ ਕੁੱਟਿਆ, ਸਟੂਡੈਂਟ ਨੂੰ ਕੁੱਟਿਆ, ਕਿਸਾਨਾਂ ਨੂੰ ਕੁੱਟਿਆ, ਤੇ ਵੋਟਾਂ ਅਸੀਂ ਫੇਰ ਉਹਨਾਂ ਨੂੰ ਦੋਨੇ ਪਾਰਟੀਆਂ ਨੂੰ ਪਾਈ ਜਾਂਦੇ ਹਾਂ। ਮੂਰਖਤਾ ਸਾਡੀ ਵੀ ਹੈ, ਸਾਨੂੰ ਉੱਠਣਾ ਪਊ, ਸਾਨੂੰ ਸਮਝਣਾ ਪਊਗਾ। ਜਿੰਨਾ ਚਿਰ ਅਸੀਂ ਲੋਕ ਧਰਮ ਨੂੰ ਸਿਆਸਤ ਨਾਲੋਂ ਅੱਡ ਕਰਕੇ ਵੋਟਾਂ ਨਹੀਂ ਪਾਉਂਦੇ, ਇਹ ਇਸ ਤਰ੍ਹਾਂ ਹੀ ਹੁੰਦਾ ਰਹਿਣਾ ਆ, ਤੇ ਇਸ ਤਰ੍ਹਾਂ ਹੀ ਅਸੀਂ ਜੁੱਤੀਆਂ ਖਾਈ ਜਾਣੀਆਂ ਵੋਟਰਾਂ ਨੇ। ਜਿੰਨਾ ਚਿਰ ਵੋਟਰ ਸੋਚਦੇ ਨਹੀਂ ਗਏ ਵੀ ਅਸੀਂ ਧਰਮ ਨੂੰ ਸਿਆਸਤ ਨਾਲੋਂ ਅੱਡ ਕਰਕੇ, ਜਿਹੜੇ ਲੋਕ ਆਰਥਿਕ ਤੌਰ 'ਤੇ ਮਤਲਬ ਇੰਡੀਆ ਨੂੰ ਜਾਂ ਪੰਜਾਬ ਨੂੰ ਆਰਥਿਕ ਤੌਰ 'ਤੇ ਉੱਪਰ ਲੈ ਜਾਂਦੇ ਆ, ਅਸੀਂ ਉਹਨਾਂ ਨੂੰ ਵੋਟ ਦੇਣੀ ਹੈ, ਨਾ ਕਿ ਅਸੀਂ ਧਰਮ ਦਾ ਨਾਂ ਲੈ ਕੇ ਦੇਣੀ ਆ। ਇੰਡੀਆ ਦੀ 10ਵੇਂ ਨੰਬਰ 'ਤੇ ਗੰਦਗੀ ਦਾ ਸ਼ਹਿਰ ਐਲਾਨਿਆ ਗਿਆ, ਅੰਮ੍ਰਿਤਸਰ ਇੰਨਾ ਗੰਦਾ ਹੋ ਗਿਆ, ਇੰਨੀ ਗੰਦਗੀ ਆ। ਜਿਹੜੇ 25 ਸਾਲ ਬਾਦਲ ਸਾਹਿਬ ਰਾਜ ਕਰਕੇ ਗਏ ਆ, ਕੀ ਗੱਲ ਇਹ ਘਰ ਨੂੰ ਸਾਰੇ ਪੈਸੇ ਲੈ ਗਏ, ਇੱਕ ਵਾਰ ਅੰਮ੍ਰਿਤਸਰ ਨੂੰ ਤਾਂ ਸਾਫ਼ ਸੁਥਰਾ ਬਣਾ ਦਿੰਦੇ। ਸਾਧੂ ਸਿੰਘ ਧਰਮਸੋਤ ਇਸ ਮਾਮਲੇ ਦੇ ਵਿੱਚ ਲੱਗਦਾ ਮੁਸ਼ਕਲ 'ਚ ਬਹੁਤ ਆਉਣਗੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਉਹਨਾਂ ਨੇ ਬਾਦਲਾਂ ਨੂੰ ਜਾਂ ਭਾਜਪਾ ਨੂੰ ਜਾਂ ਮੋਦੀ ਸਾਹਿਬ ਨੂੰ ਘੇਰਦੇ ਰਹੇ ਨੇ ਐਜ ਏ ਸਪੋਕਸ ਪਰਸਨ, ਇੱਕ ਰਾਜਕੁਮਾਰ ਵੇਰਕਾ ਨੇ, ਇੱਕ ਸਾਧੂ ਸਿੰਘ ਨੇ, ਦੋ ਤਿੰਨ ਹੀ ਸਪੋਕਸ ਪਰਸਨ ਨੇ, ਬਾਕੀ ਤਾਂ ਕਾਂਗਰਸ ਵਾਲੇ ਬੋਲਦੇ ਕੋਈ ਨਹੀਂ। ਸੋ ਸਾਧੂ ਸਿੰਘ ਹੋਰਾਂ ਨੂੰ ਇਸ ਮਾਮਲੇ 'ਚ ਕਾਫ਼ੀ ਜਿਹੜਾ ਹੈਗਾ ਕਠਿਨ ਯੋਗ ਦੇ ਵਿੱਚੋਂ ਨਿਕਲਣਾ ਪੈਣਾ, ਪੈਂਡਾ ਛੁੱਟਣਾ ਮੁਸ਼ਕਲ ਹੈ, CBI ਨੂੰ ਵੀ ਇਨਕੁਆਇਰੀ ਮਾਰਕ ਹੋ ਸਕਦੀ ਹੈ। ਹੁਣ ਉੱਧਰ ਮੋਦੀ ਸਰਕਾਰ ਨੇ ਪਬਜੀ ਸਮੇਤ ਜਿਹੜੀਆਂ 100-150 ਜਿਹੜੀਆਂ ਸਾਈਟਸ ਨੇ ਬੰਦ ਕਰ ਦਿੱਤੀਆਂ ਨੇ, ਪਬਜੀ ਹੋਰਾਂ ਦੇ ਪੱਬ ਚੁਕਾ ਦਿੱਤੇ ਨੇ। ਇਹ ਇਸ਼ਾਰਾ ਹੋ ਗਿਆ ਫੇਸਬੁੱਕ ਜਾਂ ਹੋਰ ਸਾਈਟਸ ਨੂੰ ਵੀ, ਜਾਂ ਤਾਂ ਬੰਦੇ ਬਣ ਜਾਓ ਸਾਡੇ ਨਾਲ ਮਿਲ ਕੇ ਚਲੋ, ਨਹੀਂ ਤਾਂ ਤੁਹਾਡੇ ਨਾਲ ਵੀ ਇਹੀ ਕੁਛ ਹੋਣੀ ਹੈ ਜੋ ਚਾਈਨਾ ਵਾਲਿਆਂ ਨਾਲ ਹੋਈ ਹੈ। ਜਿਹੜਾ ਕੋਰਟ ਨੂੰ ਇੰਨੀ ਰਾਹਤ ਦੇ ਜਾ ਰਹੀ ਹੈ ਕਿ ਸਾਨੂੰ ਲੱਭਦਾ ਨਹੀਂ ਜਾਂ ਕੁਛ ਵੀ ਆ, ਕੋਰਟ ਇਹ ਨਹੀਂ ਕਹਿ ਸਕਦੀ ਕਿ ਇਸ ਬੰਦੇ ਨੂੰ ਸਰੈਂਡਰ ਕਰਨਾ ਹੀ ਪੈਣਾ, ਨਹੀਂ ਤਾਂ ਇਹਦਾ ਕੋਈ ਵੀ ਵਕੀਲ ਜਾਂ ਦਲੀਪ ਦੀ ਕੋਈ ਨਹੀਂ ਸੁਣੀ ਜਾਊਗੀ, ਨਾ ਕਿਸੇ ਵੀ ਕੋਰਟ ਦੇ ਵਿੱਚ, ਇਹਦਾ ਦਾ ਕੋਈ ਹੱਲ ਨਹੀਂ ਹੈਗਾ। ਹੁਣ ਜੇ ਬਾਂਦਰ ਦੇ ਕਹੇ 'ਤੇ ਅਦਾਲਤਾਂ ਫੈਸਲੇ ਸੁਣਾਉਣਗੀਆਂ ਕਿ ਰਾਮ ਮੰਦਰ ਦੇ ਦਰਵਾਜ਼ੇ ਖੋਲ੍ਹਣੇ ਨੇ ਜਾਂ ਨਹੀਂ, ਬਾਂਦਰ ਦੇ ਪ੍ਰਭਾਵ ਦੇ ਵਿੱਚ ਆ ਕੇ ਜੇ ਇੱਕ ਜਸਟਿਸ ਆਪਣਾ ਜੁਡੀਸ਼ਰੀ ਵਰਤਦਾ, ਜਜਮੈਂਟ ਕਰਦਾ ਸੋਰੀ, ਤਾਂ ਫਿਰ ਕੀ ਉਮੀਦ ਰੱਖੀ ਜਾ ਸਕਦੀ ਹੈ? ਲਾਸ਼ਾਂ ਤੋਂ ਤਾਂ ਕੱਪੜੇ ਲਾਏ ਜਾਂਦੇ ਨੇ, ਜਿਉਂਦਿਆਂ ਤੋਂ ਵੀ ਕੱਪੜੇ ਲਾਏ ਜਾਂਦੇ ਨੇ। ਉਹ ਬਜ਼ੁਰਗ ਜਗਦੀਸ਼ ਸ਼ਰਮਾ ਸਾਹਿਬ 85 ਸਾਲਾਂ ਨੰਗਾ ਕਰਕੇ ਘਰ ਭੇਜਿਆ, ਕੱਛਾ ਤੱਕ ਵੀ ਨਹੀਂ ਸੀ ਉਹਦੇ, ਤੁਸੀਂ ਦੇਖੋ ਐਡਾ ਲਾਂਤੀ ਸਿਸਟਮ ਹੋ ਗਿਆ। ਹੁਣ ਮਹਾਮਾਰੀ ਐਕਟ ਹੈ, ਮੇਰੇ 'ਤੇ ਵੀ ਪਰਚਾ ਕਰ ਦਿਓ ਕਪਤਾਨ ਸਾਹਿਬ, ਇੱਕ ਅੱਧਾ ਹੋਰ ਕਰ ਦਿਓ ਜੇ ਕਸਰ ਕੋਈ ਰਹਿੰਦੀ ਹੈ। ਸੋ ਇਸ ਕਰਕੇ ਬੋਲਣ ਦੀ ਆਜ਼ਾਦੀ ਤਾਂ ਕਿਸੇ ਨੂੰ ਬਰਦਾਸ਼ਤ ਨਹੀਂ ਦਿਓ। ਮੈਂ ਹੁਣ ਵੀ ਕਹਿਣਾ ਕਿ NRI ਤੁਹਾਨੂੰ ਬਹੁਤ ਲੋਕ ਲੁੱਟਦੇ ਨੇ, ਮੰਤਰੀ ਸੰਤਰੀ ਗਵੰਤਰੀ ਠਗੰਤਰੀ ਛੱਡਦਾ ਤੁਹਾਨੂੰ ਕੋਈ ਨਹੀਂ ਹੈ, ਤੁਹਾਨੂੰ ਜਜ਼ਬਾਤੀ ਤੌਰ 'ਤੇ ਜਜ਼ਬਾਤੀ ਕਰਕੇ ਤੁਹਾਡਾ ਬਲੈਕਮੇਲਿੰਗ ਹੁੰਦੀ ਹੈ ਵੀ ਤੁਸੀਂ ਨੋਟ ਨਾ ਦਿਓ, ਵੋਟ ਦਿਓ, ਆਪਣੀਆਂ ਵੋਟ ਬਣਾਓ। 25-30 ਲੱਖ ਵੋਟ ਪੰਜਾਬੀਆਂ ਦੀ ਬਣ ਸਕਦੀ ਹੈ ਜਿਹੜੇ ਵਿਦੇਸ਼ਾਂ 'ਚ ਨੇ, ਜੇ NRI ਵੋਟ ਬਣਾ ਲੈਣ। ਮੈਂ ਦਾਅਵੇ ਨਾਲ ਕਹਿੰਦਾ ਸਿਆਸਤਦਾਨ ਤੁਹਾਡੇ ਦਰਿਆਂ ਅੱਗੇ ਜਿਹੜਾ ਡੰਡੌਤਾਂ ਕਰਦੇ ਕਰਨਗੇ, ਕਿਉਂਕਿ 25-30 ਲੱਖ ਵੋਟ ਜੇ NRI ਦੀ ਬਣ ਜਾਂਦੀ ਹੈ, ਉਹ ਫਲੋਟਿੰਗ ਵੋਟ ਹੈ ਜਿਹਨੇ ਪੰਜਾਬ ਦੀ ਸਰਕਾਰ ਡਿਸਾਈਡ ਕਰਨੀ ਹੈ ਕਿ ਕਿਹਦੀ ਹੈ। ਇਹ ਪੋਸਟ ਮੈਂ ਸਾਰੇ ਜਿਹੜੇ ਮੁੱਖ ਪੇਜ ਸੀ ਉਹਨਾਂ 'ਤੇ ਪਾ ਦਿੱਤੀ 2017 'ਚ। ਕਾਂਗਰਸ ਪਾਰਟੀ ਨੇ ਮੈਨੂੰ ਇਸੇ ਕਰਕੇ ਬਲੌਕ ਕੀਤਾ ਹੋਇਆ। ਹੈਲੋ ਗਲੋਬਲ ਪੰਜਾਬ ਦੇ ਪ੍ਰਯੋਜਕ ਹਨ ਜਾਬ ਟਰੈਕਿੰਗ ਤੋਂ ਕੁਲਦੀਪ ਸਿੰਘ ਬੜੈਜ ਅਤੇ ਐਸੋਸੀਏਟ ਸਪੌਂਸਰ ਨੇ ਹੈਰੀ ਸਵੀਟਸ ਐਂਡ ਸਨੈਕਸ ਬੈਲਰੋਸ ਨਿਊਯਾਰਕ। ਸਤਿ ਸ਼੍ਰੀ ਅਕਾਲ, ਸਲਾਮ ਅਰਜ਼ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਵਾਨ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਸਤਿਕਾਰਿਆ ਦਰਸ਼ਕੋ, ਇਹ ਪ੍ਰੋਗਰਾਮ ਮੰਗਲਵਾਰ ਤੋਂ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਪਟਿਆਲਾ ਸਟੂਡੀਓ 'ਚ ਪੇਸ਼ ਕੀਤਾ ਜਾਂਦਾ। ਇਸ ਨੂੰ ਤੁਸੀਂ ਸਾਡੇ ਫੇਸਬੁੱਕ ਪੇਜ ਗਲੋਬਲ ਪੰਜਾਬ TV ਦੇ ਉੱਤੇ ਲਾਈਵ ਦੇਖ ਰਹੇ ਹੋ, ਅਤੇ ਇਸ ਦਾ ਰਿਪੀਟ YouTube 'ਤੇ ਮਿਲੇਗਾ ਗਲੋਬਲ ਪੰਜਾਬ TV ਦੇ ਪੇਜ 'ਤੇ, ਅਤੇ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਚੈਨਲ ਪੰਜਾਬੀ TV ਦੇ ਰਾਹੀਂ ਕੇਬਲ ਨੈੱਟਵਰਕ ਰੋਜ਼ਰ ਬੈਲ ਸ਼ਾਹ ਅਤੇ ਟੈਲਸ ਕੇਬਲ ਨੈੱਟਵਰਕ ਰਾਹੀਂ ਵੇਖਿਆ ਜਾ ਸਕਦਾ। ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ ਤਾਂ 0175-5156 'ਤੇ ਆਪ ਜੀ ਕਾਲ ਕਰ ਸਕਦੇ ਹੋ, ਜਾਂ ਇੰਟਰਨੈਸ਼ਨਲ ਕਾਲ ਨੰਬਰ 888
9236265 ਤੇ ਆਪਣੇ ਜਜ਼ਬਾਤ ਖਿਆਲਾਤ ਸਾਂਝੇ ਕਰ ਸਕਦੇ ਹੋ। ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਸੋਸ਼ਲ ਸਾਈਟਸ। ਸਾਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਸੀਗਾ ਕਿ ਜਿਹੜੀਆਂ ਸੋਸ਼ਲ ਸਾਈਟਸ ਨੇ, ਇੱਥੇ ਤਾਂ ਮੀਡੀਆ ਨੂੰ ਬਹੁਤ ਆਜ਼ਾਦੀ ਹੈ, ਹਰ ਇੱਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ, ਪਰ ਇਹ ਸਾਡਾ ਵਹਿਮ ਸੀ। ਮੈਂ ਪਹਿਲੇ ਦਿਨ ਤੋਂ ਹੀ ਗੱਲ ਕਹਿ ਰਿਹਾ ਕਿ ਜੇ ਅਖਬਾਰਾਂ, ਟੈਲੀਵਿਜ਼ਨ, ਬਾਕੀ ਮਾਮਲਿਆਂ ਦੇ ਵਿੱਚ ਮੀਡੀਆ ਵਕਾਊ ਹੈ ਜਾਂ ਮੀਡੀਆ ਸਰਕਾਰਾਂ ਦੇ ਦਬਾਅ ਅਧੀਨ ਹੈ, ਤਾਂ ਜਿਹੜੀ ਅਸੀਂ ਸੋਸ਼ਲ ਸਾਈਟਸ ਦਾ ਰੌਲਾ ਪਾਉਂਦੇ ਹਾਂ ਕਿ ਸੋਸ਼ਲ ਸਾਈਟਸ 'ਤੇ ਸਾਨੂੰ ਅਧਿਕਾਰ ਹੈ, ਅਧਿਕਾਰ ਅਧਿਕੂਰ ਕੋਈ ਨਹੀਂ, ਇਹ ਉਨੀ ਦੇਰ ਤੱਕ ਹੈ ਜਿੰਨੀ ਦੇਰ ਤੱਕ ਸਰਕਾਰਾਂ ਤੁਹਾਨੂੰ ਬਰਦਾਸ਼ਤ ਕਰਦੀਆਂ ਨੇ। ਪਰ ਹੁਣ ਇਸ ਮਾਮਲੇ 'ਚ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਪਹਿਲਾਂ ਕਾਂਗਰਸ ਪਾਰਟੀ ਵੱਲੋਂ, ਕਾਂਗਰਸ ਦੇ ਰਾਹੁਲ ਗਾਂਧੀ ਜਾਂ ਦੂਸਰੇ ਆਗੂਆਂ ਵੱਲੋਂ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਹੋਰਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਸੀ ਕਿ ਇੰਡੀਆ ਦੇ ਵਿੱਚ ਫੇਸਬੁੱਕ ਮੋਦੀ ਦੇ ਅਧੀਨ ਹੈ, ਅਤੇ ਇਸ ਦੌਰਾਨ ਇਸ ਖਬਰ 'ਤੇ ਜਿਹੜੀ ਹੈ ਹੁਣ ਇਸ ਮਾਮਲੇ 'ਤੇ ਤ੍ਰਿਮੂਲ ਕਾਂਗਰਸ ਮਮਤਾ ਬੈਨਰਜੀ ਨੇ ਵੀ ਕੱਲ੍ਹ ਪਰਸੋਂ ਚਿੱਠੀਆਂ ਮਾਰਕ ਜ਼ਕਰਬਰਗ ਨੂੰ ਮਾਰਕ ਕੀਤੀਆਂ ਨੇ ਕਿ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਹੈ, ਬੰਗਾਲ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਫੇਸਬੁੱਕ ਦੀ ਮਦਦ ਦੇ ਨਾਲ ਉਹਨਾਂ ਦੇ ਖਿਲਾਫ਼ ਕੂੜ ਪ੍ਰਚਾਰ ਕਰ ਰਹੀ ਹੈ। ਹਾਲਾਂਕਿ ਬੜੀ ਦੇਰ ਪਹਿਲਾਂ ਤੁਹਾਨੂੰ ਥੋੜ੍ਹੀ ਜਿਹੀ ਇਹਦੀ ਬੈਕਗ੍ਰਾਊਂਡ ਦੱਸ ਦਈਏ ਕਿ ਵਾਲ ਸਟ੍ਰੀਟ ਜਰਨਲ ਦੇ ਵਿੱਚ ਖਬਰ ਛਪੀ ਸੀ ਕਿ ਫੇਸਬੁੱਕ ਅਤੇ ਸੱਤਾਧਾਰੀ ਪਾਰਟੀਆਂ ਦਾ ਭਾਰਤ ਦੇ ਵਿੱਚ ਗੱਠਜੋੜ ਹੈ, ਕਿਉਂਕਿ ਤੇਲੰਗਾਨਾ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਬਹੁਤ ਹੇਟ ਸਪੀਚ ਫੈਲਾਉਣ ਵਾਲੇ ਆਪਣੀਆਂ ਪੋਸਟਾਂ ਪਾਈਆਂ ਸੀ, ਪਰ ਫੇਸਬੁੱਕ ਨੇ ਉਹਨਾਂ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਸੀ। ਫੇਸਬੁੱਕ ਦੇ ਅਧਿਕਾਰੀਆਂ ਨੇ ਇਹ ਅਪਡੇਟ ਦਿੱਤੀ ਸੀ ਕਿ ਅਗਰ ਇਸ ਤੇਲੰਗਾਨਾ ਦੇ ਤਲਖੀ ਆਗੂ ਦੀਆਂ ਸਟੇਟਮੈਂਟ ਜਾਂ ਪੋਸਟਾਂ ਜਾਂ ਉਸਦਾ ਪੇਜ ਬੰਦ ਕਰ ਦਿੱਤਾ ਤਾਂ ਸਾਡਾ ਤੇਲੰਗਾਨਾ ਦੇ ਵਿੱਚ ਸਰਕਾਰ ਦੇ ਨਾਲ ਸੰਬੰਧ ਵਿਗੜ ਸਕਦਾ। ਅਤੇ ਇਸ ਦੌਰਾਨ ਪਰ ਹੁਣ ਭਾਜਪਾ ਨੇ ਦੇ ਜਿਹੜੇ 44 ਪੇਜ ਬੰਦ ਕੀਤੇ ਹੋਏ ਸੀ ਹੇਟ ਸਪੀਚ ਦੇ ਮਾਮਲਿਆਂ ਦੇ ਵਿੱਚ, ਉਹਨਾਂ ਦੇ ਵਿੱਚੋਂ 17 ਪੇਜ ਖੋਲ੍ਹ ਦਿੱਤੇ ਗਏ ਨੇ। ਪੱਤਰਕਾਰ ਰਵੀਸ਼ ਕੁਮਾਰ, ਵਿਨੋਦ ਦੂਆ ਵਰਗੇ ਦੇਸ਼ ਦੇ ਉੱਘੇ ਜਰਨਲਿਸਟ ਨੇ ਜਿਹੜੇ, ਉਹਨਾਂ ਦੇ ਜਿਹੜੇ ਫੈਨ ਪੇਜ ਸੀ ਉਹ ਵੀ ਬੈਨ ਕਰ ਦਿੱਤੇ ਗਏ ਨੇ। ਅਤੇ ਫੇਸਬੁੱਕ ਦੀ ਕਹਾਣੀ ਥੈਲਿਓਂ ਬਾਹਰ ਆ ਚੁੱਕੀ ਹੈ। ਫੇਸਬੁੱਕ ਵਾਲੀ ਬੀਬੀ ਜਿਹੜੀ ਇੰਡੀਆ ਪਹਿਲਾਂ ਫੋਰਨਰ ਆਈ ਸੀ, ਹੁਣ ਇੰਡੀਆ ਵਾਲੀ ਹੋਇਆ, ਇਹ ਫੇਸਬੁੱਕ ਦੀ ਇਸ ਏਸ਼ੀਆ ਜ਼ੋਨ ਦੀ ਹੈੱਡ ਨੇ ਮੋਦੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀ। ਹੁਣ ਆ ਗਏ ਨੇ ਕਿਉਂਕਿ ਵਟਸਐਪ ਵੀ ਇੰਡੀਆ ਦੇ ਵਿੱਚ ਪੇਮੈਂਟ ਸਰਵਿਸ ਸ਼ੁਰੂ ਕਰਨਾ ਚਾਹੁੰਦਾ। ਵਟਸਐਪ ਫੇਸਬੁੱਕ ਦੀ ਕੰਪਨੀ ਹੈ, ਸੋ ਸਰਕਾਰ ਦੀ ਇਹਨਾਂ ਨੂੰ ਲੋੜ ਹੈ। ਸੋ ਇਹ ਜਿਹੜਾ ਸਾਡਾ ਵਹਿਮ ਹੈ ਕਿ ਯੂਟਿਊਬ 'ਤੇ ਅਸੀਂ ਇਹ ਕਰ ਲਾਂਗੇ, ਫੇਸਬੁੱਕ 'ਤੇ ਇਹ ਕਰ ਲਾਂਗੇ, ਉਹ ਵਹਿਮ ਦੂਰ ਹੋ ਗਿਆ। ਪਹਿਲਾਂ ਵੀ ਅਮਰੀਕਾ ਦੀ ਇਲੈਕਸ਼ਨ ਦੇ ਦੌਰਾਨ ਰਸ਼ੀਆ ਦੀ ਦਖਲ ਅੰਦਾਜ਼ੀ, ਸੋਸ਼ਲ ਸਾਈਟਸ ਫੇਸਬੁੱਕ ਦੇ ਰਾਹੀਂ ਖਬਰਾਂ ਉੱਠੀਆਂ ਸੀ। ਭਾਰਤ ਵਰਗੇ ਮੁਲਕ ਦੇ ਵਿੱਚ ਤਾਂ ਇਹ ਚੀਜ਼ਾਂ ਬੜੀਆਂ ਆਮ ਨੇ, ਕਿਉਂਕਿ ਜਿਹੜੇ ਇਹਨਾਂ ਦੇ CEO ਜਾਂ ਇੰਡੀਆ ਹੈੱਡ ਲਾਏ ਹੁੰਦੇ ਨੇ ਉਹ ਭਾਵੇਂ ਇੰਡੀਅਨ ਹੋਣ ਜਾਂ ਬਾਹਰਲੇ ਹੋਣ, ਬਹੁਤ ਬਕਾਊ ਮਾਲ ਇੱਥੇ ਹੈ, ਖਰੀਦਣ ਵਾਲਾ ਚਾਹੀਦਾ। ਜ਼ਮੀਨਾਂ ਜਿਹੜੀਆਂ ਨੇ ਉਹ ਮਹਿੰਗੀਆਂ ਨੇ ਅਤੇ ਜ਼ਮੀਰਾਂ ਸਸਤੀਆਂ ਵਿਕਦੀਆਂ ਨੇ। ਸੋ ਇਸ ਮਾਮਲੇ ਦੇ ਵਿੱਚ ਹੁਣ ਇੰਡੀਆ ਦੇ ਅਖਬਾਰਾਂ, ਇੰਡੀਆ ਦੇ ਟੈਲੀਵਿਜ਼ਨ ਤੋਂ ਬਾਅਦ ਜਿਹੜਾ ਮੋਦੀ ਸਰਕਾਰ ਦਾ ਇਹ ਸਿਲਸਿਲਾ ਕਿ ਇਹ ਫੇਸਬੁੱਕ ਵੀ ਇਹਨਾਂ ਦੇ ਅਧੀਨ ਆ ਗਈ ਹੈ, ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੋਸ਼ ਲਾ ਰਹੀਆਂ ਨੇ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਇਸ ਪਾਸੇ? ਕਿਉਂਕਿ ਲੱਖਾਂ ਪੇਜ ਹੈ ਜਿਹੜੇ, ਮਿਲੀਅਨ ਪੇਜ ਲੋਕਾਂ ਨੇ ਬਣਾਏ ਹੁੰਦੇ ਨੇ, ਮਿਲੀਅਨ ਦੀ ਤਾਦਾਦ ਹੁੰਦੀ ਹੈ, ਅਤੇ ਇੱਕ ਝਟਕੇ ਦੇ ਵਿੱਚ ਚੈਨਲ ਬੰਦ ਹੋ ਜਾਂਦਾ, ਕੀ ਕਰੋਗੇ ਤੁਸੀਂ? ਕਿਸ ਪਾਸੇ ਨੂੰ ਕਹਾਣੀ ਜਾਏਗੀ? ਅਸੀਂ ਔਨਲਾਈਨ ਔਨਲਾਈਨ ਦਾ ਰੌਲਾ ਪਾਉਂਦੇ ਹਾਂ ਕਿ ਔਨਲਾਈਨ ਹੀ ਸਾਰਾ ਜ਼ਰੂਰੀ ਹੈ, ਪਰ ਔਨਲਾਈਨ ਵੀ ਸਾਰਾ ਬਹੁਤ ਜ਼ਰੂਰੀ ਨਹੀਂ ਆ। ਪਿੱਤਰ ਪੱਖ ਚੱਲ ਰਿਹਾ, ਬੋਧਗਿਆ ਦੇ ਪਾਂਡਿਆਂ ਨੇ ਔਨਲਾਈਨ ਪਿੱਤਰਾਂ ਦਾ ਜਿਹੜਾ ਪਿੰਡਦਾਨ ਮੁੰਡਦਾਨ ਕਰਨ ਦਾ ਸਿਲਸਿਲਾ ਸੀ ਉਹ ਬੰਦ ਕਰ ਦਿੱਤਾ। ਗਿਆ ਦੇ ਪਾਂਡੇ ਕਹਿੰਦੇ ਇੱਦਾਂ ਤਾਂ ਫਿਰ ਸਾਰਾ ਕੁਛ ਹੀ ਗਿਆ, ਲੋਕ ਕਹਿੰਦੇ ਔਨਲਾਈਨ ਹੀ ਜਿਹੜਾ ਆਪਣਾ ਪਿੰਡਦਾਨ ਕਰ ਲਿਆ ਕਰਨਗੇ, ਇੱਥੇ ਤੀਰਥਾਂ 'ਤੇ ਕਿਹਨੇ ਆਉਣਾ? ਸੋ 700 ਦੇ ਕਰੀਬ ਔਨਲਾਈਨ ਐਪਲੀਕੇਸ਼ਨ ਜਿਹੜੀਆਂ ਆਈਆਂ ਸੀਗੀਆਂ ਕਿ ਅਸੀਂ ਪਿੰਡਦਾਨ ਕਰਾਉਣਾ, ਪਾਂਡੇ ਕਹਿੰਦੇ ਗਿਆ ਆਓ ਫਿਰ ਕੰਮ ਹੋਊ, ਇੱਦਾਂ ਤਾਂ ਸਭ ਕੁਛ ਗਿਆ ਆਓ। ਸੋ ਪਾਂਡੇ ਵੀ ਔਨਲਾਈਨ ਤੋਂ ਜਿਹੜੇ ਨੇ ਇਨਕਾਰੀ ਹੋ ਗਏ ਨੇ ਅਸਰਾਧਾਂ ਦੇ ਦਿਨ। ਵੈਸੇ ਵੀ ਉਹ ਮਾਣਕ ਕਹਿੰਦਾ ਕਿ ਨਾ ਬਾਹਮਣ ਦੇ ਪੁੱਤ ਨੂੰ ਛੇੜੀਏ ਜਦੋਂ ਦਿਨ ਵੇ ਹੋਣ ਸ਼ਰਾਧ ਦੇ। ਸੋ ਉਸ ਕਰਕੇ ਗਿਆ ਦੇ ਪਾਂਡਿਆਂ ਨੂੰ ਨਹੀਂ ਛੇੜਨਾ ਚਾਹੀਦਾ ਅੱਜ ਕੱਲ੍ਹ, ਨਾ ਹੱਟੀ ਦੇ ਜਿਹੜਾ ਹੈਗਾ ਕਰਿਆੜ ਨੂੰ, ਨਾ ਬੰਨੇ 'ਤੇ ਜੱਟ ਨੂੰ ਛੇੜਨਾ ਚਾਹੀਦਾ। ਖੈਰ ਲੋਕ ਤੱਥ ਨੇ, ਤੁਹਾਡੇ ਕੋਲ ਕੀ ਤੱਥ ਨੇ? ਸਵਾਗਤ ਹੈ ਸਰ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਪਿਆਰਾ ਸਿੰਘ ਜੀ। ਸਰ ਪਿਆਰਾ ਸਿੰਘ ਜੀ, ਸੁਣਾਓ ਕੋਈ ਪਿਆਰੀ ਜੀ ਗੱਲ ਤੁਹਾਡੇ ਮੁਲਕ ਦੀ। ਸਾਡੇ ਤਾਂ ਖੁਆਰੀਆਂ ਖੁਆਰੀਆਂ ਹੀ ਗੱਲਾਂ ਨੇ।
ਤੁਹਾਡਾ ਤਾਂ ਮੁਲਕ ਹੈ, ਸਾਡਾ ਮੁਲਕ ਤਾਂ ਇੰਨਾ ਚਰਚਾ ਵਿੱਚ ਹੈ ਨਹੀਂ, ਵੈਸੇ ਤਾਂ ਲੰਬੜ ਤਾਂ ਸਾਡਾ ਵੀ ਮੀਠਾ ਚਰਚਾ ਰਹਿੰਦਾ ਹੈ, ਕਿਉਂਕਿ ਜਾਡੀ 'ਚ 15-15 ਆਪਣੇ ਫੈਸਲੇ ਕਰਕੇ ਆਪੇ ਬਦਲਦਾ ਅਤੇ ਹਰ ਵੇਲੇ ਸੁਰੱਖਿਅਤ ਰਹਿਣ ਦੀ ਕੋਸ਼ਿਸ਼ ਕਰਦਾ ਚਾਹੇ ਉਹ ਸੱਚੀ ਚਾਹੇ ਝੂਠੀ ਆ। ਪਰ ਉਹ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ ਨਾ ਜੀ, ਉਹ ਤਾਂ 7-8 ਮਹੀਨੇ ਪਹਿਲਾਂ ਨਾ ਤੁਹਾਡੇ ਮੁਲਕ ਵਿੱਚ ਜਾ ਕੇ ਆਇਆ ਸੀਗਾ, ਅਤੇ ਮੋਦੀ ਉਹਨਾਂ ਨੂੰ ਪਤਾ ਨਹੀਂ ਕਿਹੜਾ ਤਵੀਤ ਦੇ ਦਿੱਤਾ, ਜੋ ਮੋਦੀ ਦੀ ਪੋਲਿਸੀ ਉਹੀ ਪੋਲਿਸੀ ਉਹਦੀ ਹੈ ਜੀ। ਬਾਕੀ ਇਹ ਵੀ ਝੂਠ ਬੋਲਣ ਲੱਗਾ ਅੱਗੇ ਪਿੱਛੇ ਨਹੀਂ ਦੇਖਦਾ। ਬਾਕੀ ਤੁਹਾਨੂੰ ਸਭ ਮੋਦੀ ਸਰਕਾਰ ਹਰ ਪਾਸੋਂ ਪਬਲਿਕ ਦੀ ਆਵਾਜ਼ ਦਵਾ ਰਹੀ ਹੈ, ਘਟੀਆ ਤੋਂ ਘਟੀਆ ਹਰਕਤਾਂ ਕਰ ਰਹੀ ਹੈ ਜਿਹੜੇ ਕਿ ਕਿਸੇ ਦੇ ਹੱਕ ਵਿੱਚ ਨਹੀਂ ਜਾਂਦੀਆਂ। ਜਿਸ ਤਰ੍ਹਾਂ ਹੁਣ ਲਾਈਕ ਡਿਸਲਾਈਕ ਵਿੱਚ ਮਨ ਕੀ ਬਾਤ ਦੀ ਕਾਫੀ ਵੈਸਾ ਦੁਰਦਸ਼ਾ ਵੀ ਕਾਫੀ ਹੋਈ ਆ, ਪਰ ਗੱਲ ਕਲੀਅਰ ਵੀ ਹੋਈ ਆ। ਸੋ ਮੇਰੇ ਖਿਆਲ ਜਿਸ ਹਿਸਾਬ ਨਾਲ ਹੁਣ ਹੋਇਆ ਤੇ ਸ਼ਾਇਦ ਮੋਦੀ ਭਗਤਾਂ ਨੂੰ ਕਿਸੇ ਨੂੰ ਅਕਲ ਆ ਜਾਵੇ ਕਿ ਇਹ ਦੇਸ਼ ਕਿੱਧਰ ਨੂੰ ਜਾ ਰਿਹਾ ਹੈ। ਦੇਸ਼ ਬਿਲਕੁਲ ਨੀਵੇਂ ਪਾਸੇ ਜਾ ਰਿਹਾ ਹੈ, ਹਰ ਚੀਜ਼ ਵਿਕ ਰਹੀ ਹੈ। ਦੇਸ਼ ਦੇ ਕੋਲ ਸਟੇਟਾਂ ਦੀ GDP ਦੇ ਪੈਸੇ ਦੇਣ ਦੇ ਪੈਸੇ ਨਹੀਂ ਹੈਗੇ, ਇਹਨੇ ਰਿਜ਼ਰਵ ਬੈਂਕ ਹੀ ਨਹੀਂ ਖਾਲੀ ਕਰਤਾ, ਹਰ ਚੀਜ਼ ਇਹਨੇ ਵੇਚ ਦਿੱਤੀ ਹੈ। ਹੁਣ ਅਗਰ ਮੇਰਾ ਖਿਆਲ ਇਹਨਾਂ ਨੇ ਭੱਜਣਾ ਹੀ, ਹੋਰ ਕੁਛ ਨਹੀਂ ਕਰਨਾ। ਸੋ ਮੋਦੀ ਭਗਤਾਂ ਨੂੰ ਜਾਗਣਾ ਚਾਹੀਦਾ ਹੈਗਾ, ਗੱਲ ਕਲੀਅਰ ਕਰਨੀ ਚਾਹੀਦੀ ਹੈ। ਜਿਹੜੇ ਇੰਨੇ ਪਾਬੰਦੀਆਂ ਲਾਂਗੇ ਉਹ ਨਹੀਂ ਲੱਗਣੀ ਚਾਹੀਦੀ, ਤਾਂ ਕਿ ਹਰ ਲੋਕਾਂ ਕੋਲ ਗੱਲ ਪਹੁੰਚ ਸਕੇ। ਧੰਨਵਾਦ। ਮਿਹਰਬਾਨੀ ਸਰ ਪਿਆਰਾ ਸਿੰਘ ਜੀ। ਅਗਲੇ ਕਾਲਰ, ਆਪਦਾ ਸਵਾਗਤ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਇਹ ਤਾਂ ਸਰ ਜਿਹੜਾ ਲਾਈਕ ਔਰ ਡਿਸਲਾਈਕ ਹੋਇਆ ਨਾ, ਇਹਨੇ ਸ਼ੀਸ਼ਾ ਦਿਖਾਤਾ। ਇਹ ਕਹਿੰਦੇ ਵੀ ਅਸੀਂ ਤਾਂ ਝੂਠ ਨੂੰ ਪ੍ਰਮੋਟ ਕਰਨਾ, ਸੱਚ ਨੂੰ ਖਤਮ ਕਰਨਾ। ਹੁਣ ਸੱਚ ਨੂੰ ਖਤਮ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਚਾਹੀਦੀ, ਕੁਝ ਵੀ ਬੰਦ ਕਰਨਾ ਪਵੇ ਜੀ। ਜਦ ਇਹ ਇਤਿਹਾਸ ਨੂੰ ਪੂਜ ਰਹੇ ਨੇ, ਇਹ ਇਤਿਹਾਸ ਨੂੰ ਮੰਨਦੇ ਹੀ ਨਹੀਂ ਹੈ, ਤੇ ਸਰ ਆਪਾਂ ਇਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ? ਇਹਦਾ ਯੂਥ ਨੂੰ ਜਾਗਣਾ ਪਊਗਾ, ਲੋਕਾਂ ਨੂੰ ਜਾਗਣਾ ਪਊਗਾ ਵੀ ਤੁਹਾਨੂੰ ਪਤਾ ਹੀ ਹੈ ਵੀ ਸਾਰਾ ਝੂਠ ਨੂੰ ਪ੍ਰਮੋਟ ਕਰ ਰਹੇ ਨੇ। ਇਹ ਹੁਣ ਇਹਨਾਂ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਜੇ ਨਾ ਲਾਇਆ ਗਿਆ ਤਾਂ ਦੇਸ਼ ਜਮਾਂ ਹੀ ਖਤਮ ਤੇ ਗੁਲਾਮ ਹੋ ਜੂਗਾ। ਲੋਕਾਂ ਦੇ ਜੁੱਤੀਆਂ ਮਾਰ ਕੇ ਕੰਮ ਲਿਆ ਕਰੂਗਾ, ਲੋਕਾਂ ਨੂੰ ਬਸ ਖਾਣ ਵਾਸਤੇ ਉਹੀ ਜਿਹੜੇ ਤੱਕ ਚੌਲਾ ਪਾਉਂਦੇ ਸੀ ਵੋਟਾਂ ਦੇ ਭਈਆਂ ਨੂੰ, ਉਹ ਕੰਮ ਹੋ ਜੂਗਾ ਜੀ। ਥੈਂਕ ਯੂ। ਮਿਹਰਬਾਨੀ ਮਿਹਰਬਾਨੀ, ਬਿਲਕੁਲ ਜੀ। ਦੇਖੋ ਜਿਹੜੀ ਸਾਡੀ ਫਿਤਰਤ ਹੈ ਨਾ ਕਿ ਆਪਣਾ ਮਾਰੂ ਛਾਵੇਂ ਸੁੱਟੂ, ਅਸੀਂ ਧਰਮ ਮਜ਼ਹਬ ਗੋਤ ਜਾਤ ਆਧਾਰ 'ਤੇ ਵੋਟਾਂ ਪਾਉਂਦੇ ਨੇ ਕਿ ਹਿੰਦੂ ਹੈ, ਸਿੱਖ ਹੈ, ਟਵਾਣਾ ਹੈ, ਗਿੱਲ ਹੈ, ਸੰਧੂ ਹੈ, ਬਲਾ ਬਲਾ। ਇਹ ਸਾਨੂੰ ਛੱਡਣੀਆਂ ਪੈਣੀਆਂ ਨੇ, ਹਿੰਦੂਆਂ 'ਚ ਵੀ, ਸਿੱਖਾਂ 'ਚ ਵੀ, ਮੁਸਲਮਾਨਾਂ 'ਚ ਵੀ, ਹਰ ਧਰਮ ਦੇ ਵਿੱਚ, ਹਰ ਇਨਸਾਨ ਜਿਹੜੇ ਵਰਗ ਦੇ ਵਿੱਚ ਅੱਛੇ ਇਨਸਾਨ ਹੈਗੇ ਨੇ। ਇਹ ਆਪਣਾ ਮਾਰੂ ਛਾਵੇਂ ਸੁੱਟੂ, ਜਦੋਂ ਆਪਣੇ ਨੇ ਵੱਢ ਹੀ ਦਿੱਤਾ ਤੁਹਾਨੂੰ ਛਾਵੇਂ ਸੁੱਟੇ ਤਾਂ ਟੋਭੇ ਸੁੱਟੇ ਜਾਂ ਧੁੱਬੇ ਸੁੱਟੇ, ਰੜੇ 'ਚ ਸੁੱਟੇ, ਬੀਆਬਾਨ ਜੰਗਲ 'ਚ ਸੁੱਟੇ, ਕੀ ਫਰਕ ਪੈਂਦਾ? ਇਹ ਜਿਹੜਾ ਮਤਲਬ ਹਿੰਦੂਤਵ ਦੇ ਨਾਂ 'ਤੇ ਵੋਟ ਜਿਹੜੀ ਪੋਲਰਾਈਜ਼ ਹੋ ਰਹੀ ਹੈ, ਇਹ ਬਹੁਤ ਮਾੜਾ ਰੁਝਾਨ ਹੈ। ਆਪਦਾ ਸਵਾਗਤ ਸਰ। ਹੈਲੋ, ਸਤਿ ਸ਼੍ਰੀ ਅਕਾਲ ਪਣਾ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਰ ਪਣਾ ਜੀ। ਹਾਂਜੀ, ਕੀ ਹਾਲ ਚਾਲ ਆ? ਵਧੀਆ ਸਰ, ਬੜੀਆ। ਬਿੰਦਰ ਬੋਲਦਾ ਨਾ ਚੋਗੇ? ਬਿੰਦਰ ਬੋਲਦਾ ਜੀ, ਅਮਰੀਕਾ ਤੋਂ। ਅਮਰੀਕਾ ਤੋਂ ਬਿੰਦਰ ਬੋਲ ਰਿਹਾ ਜੀ। ਸੋਸ਼ਲ ਸਾਈਟਸ ਤੇ ਜੀ ਕੀ ਕਹਿਣਾ ਚਾਹੋਗੇ? ਇਹੀ ਹੈ ਜੀ, ਦੇਖੋ ਅਸੀਂ ਜਦੋਂ 62 ਸਾਲ ਦੀ ਸਾਡੀ ਉਮਰ ਹੈ, ਅਸੀਂ ਤਾਂ ਛੋਟੇ ਹੁੰਦੇ ਹਾਂ ਇਹ ਸੁਣਿਆ ਵੀ ਸਵਰਗ ਤੇ ਨਰਕ ਹੁੰਦਾ ਹੈ। ਅਸੀਂ ਅੱਜ ਜੋ ਅੱਜ ਸੋਚਦੇ ਹਾਂ ਨਾ, ਅਸੀਂ ਕਹਿੰਦੇ ਵੀ ਸਵਰਗ ਤੇ ਨਰਕ ਇੱਥੇ ਹੀ ਹੈ। ਸਾਡੇ ਹਿੰਦੂ ਮੁਲਕ ਕੋਈ ਵੀ ਨਹੀਂ ਮਾੜਾ ਹੁੰਦਾ, ਪਰ ਉਹਨੂੰ ਚਲਾਉਣ ਵਾਲੇ ਜਦੋਂ ਮਾੜੇ ਮਿਲ ਜਾਣ ਨਾ, ਫਿਰ ਉਹ ਨਰਕ ਬਣ ਜਾਂਦਾ। ਇੰਡੀਆ ਨੂੰ ਨਰਕ ਬਣਾ ਤਾ ਸਾਡੇ ਪੋਲਿਟਿਕਸ ਵਾਲਿਆਂ ਨੇ। ਹੋਸਪਿਟਲ ਕੋਈ ਵੀ ਤੁਸੀਂ ਡਿਪਾਰਟਮੈਂਟ ਲੈ ਲਓ, ਹੋਸਪਿਟਲ ਤੋਂ ਜਿੱਥੇ ਜਾਣੋ ਲੋਕ ਡਰਨ। ਹੋਸਪਿਟਲ ਦੇ ਵਿੱਚ ਬੰਦਾ ਜਾ ਕੇ ਸੁਰਖਰੂ ਫੀਲ ਕਰਦਾ ਵੀ ਮੈਂ ਠੀਕ ਹੋ ਜਾਊਂਗਾ। ਅੱਜ ਉੱਥੇ ਜਦੋਂ ਹੋਸਪਿਟਲ ਨੂੰ ਲੈ ਕੇ ਲੋਕ ਲੈ ਕੇ ਜਾਣ ਦੀ ਗੱਲ ਕਰਦੇ ਤਾਂ ਉੱਥੇ ਪਿੱਟਦੇ ਨੇ ਲੋਕ ਵੀ ਅਸੀਂ ਹੋਸਪਿਟਲ ਨਹੀਂ ਜਾਣਾ, ਕਿੱਧਰ ਨੂੰ ਚਲਾ ਗਿਆ ਸਾਡਾ ਕੰਮ। ਉਦੋਂ ਜਦੋਂ ਉਹ ਗੱਲ ਅਸੀਂ ਸੁਣਦੇ ਹਾਂ ਤੇ ਅਸੀਂ ਕਹਿੰਦੇ ਵੀ ਆਹ ਮੁਲਕ ਸੁਰਗ ਨੇ। ਇੱਥੇ ਬੰਦਾ ਬਿਮਾਰ ਹੁੰਦਾ, ਫੋਨ ਕਰਦੇ ਜੇ ਫੋਨ ਰੱਖਦੇ ਨਹੀਂ, ਐਂਬੂਲੈਂਸ ਪਹਿਲਾਂ ਆ ਜਾਂਦੀ ਹੈ, ਫਿਰ ਤੁਹਾਡੀ ਉੱਥੇ ਦਵਾਈਆਂ ਵਾਂਗੂ ਸੇਵਾ ਕਰਦੇ ਨੇ, ਸਵਰਗ ਹੀ ਹੋਇਆ ਨਾ ਜੀ। ਤੇ ਸਾਡਾ ਮੁਲਕ ਇਹਨਾਂ ਨੇ, ਬਾਕੀ ਸਾਡੇ ਉੱਤੇ ਡਿਪੈਂਡ ਕਰਦਾ ਕਿ ਸਾਡੀ ਜ਼ਮੀਰ ਕੀ ਇਜਾਜ਼ ਦਿੰਦੀ ਹੈ। ਜੇ ਅਸੀਂ 70 ਸਾਲਾਂ 'ਚ ਨਹੀਂ ਸਮਝੇ ਇਹਨਾਂ ਦੀ ਕੁੱਟ ਖਾ ਖਾ ਕੇ, ਹਰ ਇੱਕ ਡਿਪਾਰਟਮੈਂਟ ਨੂੰ ਕੁੱਟਿਆ, ਇਹਨਾਂ ਟੀਚਰਾਂ ਨੂੰ ਕੁੱਟਿਆ, ਸਟੂਡੈਂਟ ਨੂੰ ਕੁੱਟਿਆ, ਕਿਸਾਨਾਂ ਨੂੰ ਕੁੱਟਿਆ, ਤੇ ਵੋਟਾਂ ਅਸੀਂ ਫੇਰ ਉਹਨਾਂ ਨੂੰ ਦੋਨੇ ਪਾਰਟੀਆਂ ਨੂੰ ਪਾਈ ਜਾਂਦੇ ਹਾਂ, ਮੂਰਖਤਾ ਸਾਡੀ ਵੀ ਹੈ, ਸਾਨੂੰ ਉੱਠਣਾ ਪਊ, ਸਾਨੂੰ ਸਮਝਣਾ ਪਊਗਾ, ਤੇ ਫੇਰ ਗੱਲ ਬਣਨੀ ਹੈ, ਉਹਨਾਂ ਚਿਰ ਗੱਲ ਨਹੀਂ ਬਣਨੀ। ਤੇ ਇੰਨੀਆਂ ਕੁ ਬੇਨਤੀਆਂ ਵੀਰ ਜੀ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ। ਬਾਕੀ ਸਾਰਾ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਵੀ ਘੋਲੇ ਕਾਲੇ ਮਾਲੇ ਕੀ ਹੋ ਰਹੇ ਨੇ। ਇਹ ਮੋਦੀ ਹੋਵੇ ਚਾਹੇ ਕੋਈ ਵੀ ਹੋਵੇ, ਸਾਰੇ ਕਰਪਟ ਨੇ, ਤੇ ਜਿਉਂਦੇ ਰਹੋ, ਵਸਦੇ ਰਹੋ, ਸਾਡੀਆਂ ਕਿੰਨੀਆਂ ਕੁ ਬੇਨਤੀਆਂ। ਥੈਂਕ ਯੂ, ਥੈਂਕ ਯੂ। ਜੇ ਨਜ਼ਰ ਮਾਰੀ ਜਾਵੇ, ਕਿਉਂਕਿ ਦੇਖੋ ਪ੍ਰਚਾਰ ਦਾ ਵੱਡਾ ਸਾਧਨ ਹੈ, ਅਜੇ ਤੇ ਖਾਸ ਕਰਕੇ ਫੇਸਬੁੱਕ ਦਾ ਆਪਣਾ ਖਬਰਾਂ ਦਾ ਕੰਟੈਂਟ ਨਹੀਂ ਆਇਆ, ਜੇ ਜਿਸ ਤਰ੍ਹਾਂ BBC ਜਾਂ ਹੋਰ ਚੈਨਲਾਂ ਵਾਂਗ, ਕਿਉਂਕਿ ਜਿੰਨੇ ਇਹਨਾਂ ਕੋਲ ਯੂਜ਼ਰਸ ਨੇ, ਫੇਸਬੁੱਕ 2004 ਦੇ ਵਿੱਚ ਸ਼ੁਰੂ ਹੋਈ ਸੀ 4 ਫਰਵਰੀ ਨੂੰ, 2007 ਤੱਕ ਇਹ ਸਿਰਫ ਇੰਗਲਿਸ਼ ਦੇ ਵਿੱਚ ਸੀ, ਅਤੇ ਹੁਣ 101 ਭਾਸ਼ਾਵਾਂ ਦੇ ਵਿੱਚ ਫੇਸਬੁੱਕ ਚੱਲਦੀ ਹੈ। ਦੁਨੀਆ ਦੇ ਵਿੱਚ 2 ਅਰਬ
60 करोड़ यूजर्स ने, मतलब 30% दुनिया की आबादी फेसबुक पर आ चुकी है। तो इस दौरान भारत दे विच 29 करोड़ यूजर ने इसनों वरतन वाले लोग ने। भारत फेसबुक वरतन वालों के सब तो मोहरी है। 19 करोड़ यूजर्स के नाल अमेरिका दूजे स्थान पर है। सो इस करके देखो, ये मंच बहुत वधिया है, मेल मिलाप का मंच है, अपनियां फोटो अपने विचार ख्याल तुसी इकट्ठे करते हो। पर हुण जिस तरह फैन फॉलोअर है, एक बंदे ते भीड़ पई है, उहदा फैन ग्रुप बन जांदा, फैन पेज बन जांदे ने। हुण विनोद दुआ, रवीश कुमार वर्गे पत्रकारां दे जिहड़े फैन पेज सीगे, उहनां दे समर्थकां दे, उह पेज डिलीट कर दित्ते। हालांकि जिहड़े भाजपा दे पहलां पेज जिहड़े ने उह बैन कीते होए सी, उह खोल दित्ते ने। सो इस करके हुण जिस तरह बंगाल दे विच इलैक्शन है, जां दिल्ली दे विच हाल ही जिहड़े दंगे होए ने SEA ਨੂੰ ਲੈ ਕੇ, ਉਹਨਾਂ ਦੇ ਵਿੱਚ ਜਿਹੜਾ ਇਹ ਰੋਲ ਸੀਗਾ ਸੋਸ਼ਲ ਸਾਈਟਸ ਦਾ, ਇਹ ਬਹੁਤ ਨਿੰਦਣਯੋਗ ਸੀਗਾ। ਜਿਸ ਪਾਸੇ ਨੂੰ ਕਹਾਣੀ ਜਾ ਰਹੀ ਹੈ, ਦੇਸ਼ ਦੇ ਲਈ ਬਹੁਤ ਘਾਤਕ ਹੈ। ਵੈਸੇ ਵਾਇਲੈਂਸ ਤਾਂ ਫੈਲ ਰਹੀ ਹੈ, ਇਹ ਗੱਲ ਮੰਨਣੀ ਪਵੇਗੀ। ਕਈ ਸਾਰੇ ਪੇਜ ਬੰਦ ਕਰਨੇ ਵੀ ਜ਼ਰੂਰੀ ਨੇ। ਪਿਛਲੇ ਦਿਨ ਹੀ ਵੇਖੋ ਕਿ ਹੀਰ ਖਾਨ ਨਾਂ ਦੀ ਇੱਕ ਕੁੜੀ ਨੇ, ਮੁਸਲਿਮ ਕੁੜੀ ਸੀ ਹੀਰ ਖਾਨ, ਉਹਨੇ ਸੀਤਾ ਜੀ ਬਾਰੇ ਜਾਂ ਹੋਰ ਜਿਹੜੇ ਹਿੰਦੂ ਗੋਡ ਨੇ ਉਹਨਾਂ ਦੇ ਬਾਰੇ ਬਹੁਤ ਮੰਦਭਾਗੇ ਅਤ ਗੰਦੀਆਂ ਗਾਲਾਂ ਉਹਨੂੰ ਲਗਾਤਾਰ ਕੱਢ ਰਹੀ ਸੀ। ਪਰ ਉਹਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਹਨੂੰ ਗ੍ਰਿਫਤਾਰ ਕਰ ਲਿਆ, ਉਹਦੇ ਵਿਰੋਧ ਵਿੱਚ ਇੱਕ ਹਿੰਦੂ ਲੜਕੀ ਬੀਬੀ ਉਪਾਸਨਾ ਆ ਗਈ। ਉਪਾਸਨਾ ਨੇ ਤਾਂ ਹੱਦ ਹੀ ਕਰ ਦਿੱਤੀ, ਅਈਆਂ ਜਿਹੀਆਂ ਗੰਦੀਆਂ ਗਾਲਾਂ ਜਿਹੜੀਆਂ ਕਦੇ ਸੁਣੀਆਂ ਵੀ ਨਹੀਂ ਹੈਗੀਆਂ, ਉਹ ਗੰਦੀਆਂ ਗੰਦੀਆਂ ਨਾ ਜਿਹੜੀਆਂ ਮੀਟਰ ਮੀਟਰ ਦੀਆਂ ਗਾਲਾਂ ਕੱਢ ਰਹੀ ਆ ਬੀਬੀ ਉਪਾਸਨਾ, ਹਜ਼ਰਤ ਮੁਹੰਮਦ ਸਾਹਿਬ ਜਾਂ ਹੋਰ ਜਿਹੜੇ ਮੁਸਲਿਮ ਧਰਮ ਦੇ ਰਹਿਬਰ ਪੀਰ ਨੇ। ਸੋ ਜਿਸ ਪਾਸੇ ਨੂੰ ਇਹ ਕਹਾਣੀ ਜਾ ਰਹੀ ਹੈ, ਬਹੁਤ ਸਾਰੇ ਲੋਕ ਫੇਸਬੁੱਕ ਤੋਂ ਕਿਨਾਰਾਕਸ਼ੀ ਵੀ ਕਰਨ ਲੱਗ ਪਏ ਨੇ, ਕਿਉਂਕਿ ਇੱਥੇ ਨੈਗੇਟਿਵਿਟੀ ਬਹੁਤ ਫੈਲ ਰਹੀ ਹੈ। ਆਪਦਾ ਸਵਾਗਤ ਸਰ। ਵਾਹਿਗੁਰੂ ਜੀ। ਸੇਖੋ ਸਾਹਿਬ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ, ਟਵਾਣਾ ਸਾਹਿਬ, ਆਪ ਜੀ ਨੂੰ ਤੇ ਪ੍ਰੇਮੀਆਂ ਨੂੰ, ਆਪਣੇ ਸਾਰੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਟਵਾਣਾ ਸਾਹਿਬ, ਬੇਨਤੀ ਹੈ ਵੀ ਸੋਸ਼ਲ ਮੀਡੀਆ ਦਾ ਤੁਸੀਂ ਲਿਆਂਦਾ ਪ੍ਰੋਗਰਾਮ, ਇਹ ਤੁਸੀਂ ਦੱਸ ਜਾਂਦੇ ਆ ਵੀ ਇਹਦਾ ਭੈ ਵੀ ਬੜਾ ਸੀ ਲੀਡਰਾਂ ਨੂੰ, ਮਾੜੇ ਕੰਮ ਵੀ ਬਹੁਤ ਰੁਕਦੇ ਸੀ, ਪਰ ਜਿਹੜੇ ਇਹ ਮਾੜਾ ਵੀ ਸੀ 10%, ਕਈ ਥਾਈਂ ਜਿਵੇਂ ਹੁਣ ਤੁਸੀਂ ਦੱਸਿਆ ਵੀ ਮਾੜਾ ਵੀ ਸੀ, ਪਰ ਇਹ 10 ਸਾਲ ਤੋਂ ਚੱਲਿਆ ਜੀ। ਇਹ ਜਿਹੜੇ ਲੀਡਰ ਆ, ਸਿਆਸੀ ਲੀਡਰ ਸੁਖਬੀਰ ਸਿੰਘ ਬਾਦਲ ਹੋਣੀ, ਹੋਰ ਸਾਰੇ, ਇਹ ਇਹਨਾਂ ਦੇ ਬਹੁਤ ਭੈ ਖਾਂਦੇ ਸੀ, ਇਹਨਾਂ ਨੂੰ ਇਹਨਾਂ ਦੀ ਲੀਪੋਜ ਬਾਹਰ ਆ ਜਾਂਦੀਆਂ ਸੀਗੀਆਂ, ਤੇ ਹੁਣ ਆ ਰਹੀਆਂ ਹਨ। ਇਹਨਾਂ ਨੇ ਫਿਰ ਮੋਦੀ ਨੇ ਤੇ ਸਾਰੇ ਇਹਨਾਂ ਨੇ ਸੋਚਿਆ, ਸਾਰੇ ਇਕੱਠੇ ਹੀ ਆ ਜੀ, ਇਕੱਠੇ ਹੁੰਦੇ ਆ, ਸਾਰੇ ਗੱਲਾਂ ਰਾਇ ਲੈਂਦੇ ਆ, ਕਰਦੇ ਆ ਇੱਕ ਦੂਜੇ ਦੀ, ਤੇ ਇਹ ਰਾਇ ਨਾਲ ਦੰਦ ਕਰਾ ਰਹੇ ਆ ਵੀ ਜਿਹੜਾ ਕੁਛ ਇਹਨਾਂ ਨੂੰ ਜਵਾ, ਲੋਕਾਂ ਦਾ ਮੂੰਹ ਬੰਦ ਕਰ ਦਿਓ, ਜਿਹੜਾ ਕੋਈ ਮਰਜ਼ੀ ਕਰੀ ਜਾਈਏ। ਧੰਨਵਾਦ ਜੀ। ਬਿਲਕੁਲ ਬਿਲਕੁਲ, ਦੇਖੋ ਆਮ ਲੋਕਾਂ ਕੋਲ ਸਾਧਨ ਸੀਗਾ ਆਪਣੇ ਵਿਚਾਰ ਪ੍ਰਗਟ ਕਰਨ ਦਾ, ਜਾਂ ਇਹਨਾਂ ਨੇਤਾਵਾਂ ਤੱਕ ਆਪਣੀ ਗੱਲ ਪਹੁੰਚਾਉਣ ਦਾ। ਹੁਣ ਜਿਹੜੇ IT ਵਿੰਗ ਨੇ, ਜਿਸ ਤਰ੍ਹਾਂ ਦਿੱਲੀ ਦੰਗੇ ਜਿਹੜੇ ਹੋਏ ਨੇ, ਇਹਨਾਂ ਨੂੰ ਮਾਮਲੇ ਨੂੰ ਲੈ ਕੇ 2 ਕਿਤਾਬਾਂ ਆਈਆਂ, ਇੱਕ ਇਹਦਾ ਤੱਥ ਪੇਸ਼ ਕਰਦੀ ਸੀ, ਇੱਕ ਇਹਨਾਂ ਨੂੰ ਝੁਠਲਾਉਂਦੀ ਸੀਗੀ। ਕਪਿਲ ਮਿਸ਼ਰਾ ਵਰਗੇ ਲੋਕਾਂ ਨੇ ਉਹ ਕਿਤਾਬ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿਹੜਾ ਫੰਕਸ਼ਨ ਰੱਖ ਦਿੱਤਾ, ਉਹ ਕਿਤਾਬ ਵਾਪਸ ਹੋਈ। ਅਤੇ ਇਸ ਸੰਸਥਾ ਦੇ ਵਿੱਚ ਇਹ ਜਿਹੜੇ ਆਮ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਸੀ, ਉਸ 'ਤੇ ਵੀ ਡਾਕਾ ਪੈ ਗਿਆ, ਉਹਨਾਂ ਨੂੰ ਜਿਹੜਾ ਹੈਗਾ ਬੈਨ ਕਰਾਉਣ ਲੱਗ ਪਏ ਨੇ ਇਹ ਸਰਕਾਰਾਂ ਵਾਲੇ ਜਾਂ ਸਿਆਸੀ ਲੋਕ। ਆਪਦਾ ਸਵਾਗਤ ਸਰ। ਹੈਲੋ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ, ਮੈਂ ਬਲਦੇਵ ਸਿੰਘ ਸ਼ੀਨਾ ਬੋਲ ਰਿਹਾ ਜੀ, USA ਤੋਂ। ਮੈਂ USA ਬੋਲ ਰਿਹਾ ਜੀ ਸ਼ੀਨਾ। ਹਾਂਜੀ ਹਾਂਜੀ, ਬੇਨਤੀ ਇਸ ਤਰ੍ਹਾਂ ਟਵਾਣਾ ਸਾਹਿਬ, ਵੀ ਮੈਂ ਤੁਹਾਨੂੰ ਆਪਣੀ ਹੱਡਬੀਤੀ ਦੱਸਣਾ ਹੈ ਕਿ ਮੈਂ ਜਦੋਂ ਮੈਂ ਜੁਲਾਈ ਅਖੀਰ 'ਤੇ ਮਤਲਬ ਇੰਡੀਆ ਤੋਂ ਆਇਆ, ਅਤੇ ਬਾਕੀ ਉੱਥੇ 8-9 ਮਹੀਨੇ ਮੈਂ ਰਿਹਾ, ਮੈਨੂੰ ਰਹਿਣਾ ਪੈ ਗਿਆ ਕਿਉਂਕਿ ਕਰੋਨਾ ਕਰਕੇ ਮਤਲਬ ਆਪਣੇ ਫਲਾਈਟਾਂ ਨਹੀਂ ਸੀ ਆ ਰਹੀਆਂ। ਅਤੇ ਮੈਂ ਇੱਕ ਪੋਸਟ ਪਾਈ ਸੀ BJP ਦੇ ਉਲਟ ਉੱਥੇ ਫੇਸਬੁੱਕ ਦੇ ਉੱਤੇ, ਮਤਲਬ ਤਕਰੀਬਨ ਸ਼ਾਇਦ ਜੂਨ 'ਚ ਪਾਈ ਸੀ। ਅਤੇ ਜਦੋਂ ਮੈਂ ਹੁਣ ਅਮਰੀਕਾ ਪਹੁੰਚਿਆ ਵਾਂ, ਅਤੇ ਮੇਰੀ ਜਿਹੜੀ ਫੇਸਬੁੱਕ ਆ ਇੱਥੇ ਬੰਦ ਆ, ਮੈਂ ਹੁਣ 2-3-4 ਵਾਰ ਟਰਾਈ ਕੀਤੀ ਆ, ਅਤੇ ਉਹ ਮੈਨੂੰ ਅੱਗੋਂ ਇਹ ਜਵਾਬ ਦਿੰਦੇ ਆ ਵੀ ਤੁਸੀਂ ਸਾਡੀ ਜਿਹੜਾ ਸਟੈਂਡਰਡ ਹੈਗਾ ਤੁਸੀਂ ਉਹਦੇ ਹਿਸਾਬ ਨਾਲ ਨਹੀਂ ਚੱਲਦੇ, ਇਸ ਕਰਕੇ ਅਸੀਂ ਤੁਹਾਡੀ ਬਲਾਕ ਕਰਤੀ ਆ। ਪਰ ਉਹ ਸਟੈਂਡਰਡ ਦੀ ਗੱਲ ਨਹੀਂ ਸੀ, ਗੱਲ ਸਿਰਫ ਉਹ ਸੀ ਕਿ ਮੈਂ BJP ਉਲਟ ਜਾਂ ਮਤਲਬ ਜਿਹੜਾ ਹੈਗਾ ਹੁੰਦਾ ਚੀਫ ਮਿਨਿਸਟਰ ਆ ਆਪਣਾ UP ਦਾ, ਉਹਦੇ ਉਲਟ ਮੈਂ ਲਿਖਿਆ ਸੀ, ਬਸ ਕਾਫੀ ਲੰਮਾ ਲਿਖਿਆ ਸੀ, ਦੇਖ ਕੇ ਉਹਨਾਂ ਨੇ ਸੋਚਿਆ ਵੀ ਇਹ ਬੰਦਾ ਸਾਡੀ, ਕਿਉਂਕਿ ਹੁਣ ਅੱਗੇ ਜਿਹੜੀ ਸਰੋਲੀ ਪਈ ਆ ਵੀ ਜਿਹੜੀ
मोदी आ उन्हें मतलब उसका बहुत नेड़ा संबंध है तो उन्होंने मतलब कोई भी जी पोस्ट उन्होंने उल्ट जाती है उन्होंने छुप नहीं देंगे जी उन्होंने हक जाती है वह छुपाते हैं। सो य जी गल आ जी ये जी गल है ये हिसाब लो लो भी एक इतों तक गिरी हुई है भी किसी को सच भी नहीं बोलन देना। तो दूसरी गल है भी जिस तरह ये दोवें पार्टियां जी है ने अकाली दल तो बीजेपी पार्टी ये दोवें ही मतलब धर्म को सियासत नाल जोड़ के तो धर्म का आसरा लैके अपनी सियासत को प्रमोट कर रहे हैं। ये अज दोवें पार्टियां वो हिंदूवाद नाल पछाह हट जाण ये अकाली दल धर्म के नाल सिख पछाह हट के निरा सियासी तौर पर लछड़ लैन ये कभी भी दोवें पार्टियां जिहड़ियां ने हिंदुस्तान में सरकार नहीं बना सकदियां ना ये पंजाब सरकार बना सकते हैं तो ना वो मतलब हिंदुस्तान सरकार बनते हैं। ये दोवें ही धर्म का आसरा लैके दोवें ही सरकार बनाते हैं तो धर्म वास्ते धर्म में इन्होंने इतना रोल दिता है सियासत का आसरा लैके धर्म में इतना रोल दिता है कि तुम सारे जानते ही हो। सो जिन्ना चर असी लोग नहीं सोचते जिन्ना चर असी लोग धर्म में सियासत नालों अड करके वोटा नहीं पाते इस तरह ही हुंदा रहना है तो इस तरह ही अं जुत्तियां खाई जानियां वोटरां ने जिन्ना चर वोटर सोचते नहीं गए भी असी धर्म में सियासत नालों अड करके जिहड़े लोग आर्थिक तौर पर मतलब इंडिया नूं जां पंजाब नूं आर्थिक तौर पर उपर लै जांदे आ असी उहनां नूं वोट देणी है ना कि असी धर्म का नाम लैके देनी है तो उन्हां चर असी कुछ नहीं कर सकते। सो ये लोगों ने सोचना वा कि असी धर्म ते सियासत नूं अड करना जां कि इतना दल मल करना है। ओके थैंक यू। अच्छे लोग ने जिहड़े अगे आने चाहिए ने हर पार्टी अच्छे बंदे ने उन्हां दी सपोर्ट करनी चाहिए है किसी भी पार्टी सारे बंदे माड़े नहीं तो सारे चंगे नहीं बिल्कुल अच्छे लोग पहचानने चाहिए ने तां सिस्टम सुधरेगा। आपका स्वागत सर। ਟਵਾਣਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਟਵਾਣਾ ਜੀ ਗੱਲ ਇਹ ਆ ਮੈਂ ਮੁੱਦੇ ਤੋਂ ਜਾਣੂ ਨਹੀਂ ਪਰ ਥੋੜ੍ਹੀ ਜਿਹੀ ਮੈਂ ਸ਼ਾਰਟਕੱਟ ਜੀ ਗੱਲ ਕਰਨੀ ਆ। ਮੈਂ ਗੱਲ ਕਰਨੀ ਆ ਜਿਹੜੇ ਸਾਡੇ ਅੰਮ੍ਰਿਤਸਰ ਸਾਹਿਬ ਨੂੰ ਐਡਾ ਵੱਡਾ ਸਾਰਾ ਸਰਮੌਰ ਆ ਸਾਡਾ ਸਾਰਾ ਸਾਰਾ ਕੁਛ ਸਾਡਾ ਜ਼ਿੰਦਗੀ ਦਾ ਉੱਥੇ ਆ ਉਹ ਇੰਡੀਆ ਦੀ ਦਸਵੇਂ ਨੰਬਰ 'ਤੇ ਗੰਦਗੀ ਦਾ ਸ਼ਹਿਰ ਐਲਾਨਿਆ ਗਿਆ। ਅੰਮ੍ਰਿਤਸਰ ਇੰਨਾ ਗੰਦਾ ਹੋ ਗਿਆ ਇੰਨੀ ਗੰਦਗੀ ਆ ਜਿਹੜੇ 25 ਸਾਲ ਬਾਦਲ ਸਾਹਿਬ ਰਾਜ ਕਰਕੇ ਗਏ ਆ ਕੀ ਗੱਲ ਇਹ ਘਰ ਨੂੰ ਵੀ ਸਾਰੇ ਪੈਸੇ ਲੈ ਗਏ ਇੱਕ ਵਾਰ ਅੰਮ੍ਰਿਤਸਰ ਨੂੰ ਤਾਂ ਸਾਫ਼ ਸੁਥਰਾ ਬਣਾ ਦਿੰਦੇ ਉਹ ਜਿਹੜਾ ਇੰਨਾ ਡੰਪ ਆ ਸਾਰਾ ਗੰਦਗੀ ਦਾ ਢੇਰ ਇਕੱਠਾ ਹੁੰਦਾ ਇਹ ਸਾਰੇ ਆਪਣੇ ਘਰ ਨੂੰ ਲੋਕਾਂ ਦਾ ਟੈਕਸ ਦਾ ਪੈਸਾ ਆਪਣੇ ਘਰਾਂ ਨੂੰ ਲਿਜਾਣਾ ਜਾਣਦੇ ਆ ਕੀ ਗੱਲ ਗੁਰੂ ਘਰ ਦੇ ਵਿੱਚ ਪੂਰੇ ਵਰਲਡ ਚੋਂ ਦੁਨੀਆ ਆਉਂਦੀ ਆ ਪੂਰੇ ਵਰਲਡ ਦੀਆਂ ਫਲੈਟਾਂ ਉੱਥੇ ਉਤਰਦੀਆਂ ਜਿਹਨਾਂ ਨੇ ਗੁਰੂ ਦੇ ਦਰਸ਼ਨ ਕਰਨੇ ਹੁੰਦੇ ਆ ਉਹਨਾਂ ਨੂੰ ਤੁਸੀਂ ਆ ਗੰਦਗੀ ਦੇ ਜਿਹੜਾ ਇੱਡਾ ਵੱਡਾ ਨਾਮ ਬਦਨਾਮ ਕੀਤਾ ਗੰਦਗੀ ਦਾ ਨਾ ਲੱਗਦਾ ਮੈਂ ਕਹੂੰਗਾ ਜਿਹੜਾ ਆਹ ਕਾਂਗਰਸ ਦਾ ਪ੍ਰਧਾਨ ਬਣਿਆ ਕਾਂਗਰਸ ਦਾ ਬਣਿਆ ਹੋਇਆ ਜਿਹਨੇ ਬੱਚਿਆਂ ਦਾ ਇੰਨਾ ਪੈਸਾ ਖਾ ਲਿਆ ਸਕਾਲਰਸ਼ਿਪ ਜੋ ਬੱਚਿਆਂ ਨੂੰ ਵਜ਼ੀਫੇ ਮਿਲਣੇ ਸੀਗੇ ਧਰਮ ਸੋਧ ਨੇ ਇਹ ਕਹਿੰਦਾ ਸੀ ਅਸੀਂ ਤਾਂ ਜਿੰਨੇ ਵੀ ਹੈਗੇ ਆ ਕੈਪਟਨ ਦੇ ਸੀਰੀ ਆ ਸਿਰੀ ਦਾ ਮਤਲਬ ਉਹਦੇ ਨੌਕਰ ਆ ਕਿਉਂ ਕੈਪਟਨ ਨੇ ਖੁੱਲ ਦਿੱਤੀ ਸੀ ਵੀ ਤੁਸੀਂ ਜਿੰਨਾ ਮਰਜ਼ੀ ਢਾਂਦਲੀਆ ਕਰ ਲਓ ਤੁਹਾਨੂੰ ਕੋਈ ਨਹੀਂ ਹਿਲਾਉਣ ਵਾਲਾ ਔਰ ਲੁੱਟ ਕੇ ਲੈ ਜਾ ਜਿੰਨਾ ਮਰਜ਼ੀ ਇਹੀ ਧਰਮ ਸੋਧ ਪਹਿਲਾਂ ਕਹਿੰਦਾ ਸੀ ਆਉਣ ਤੋਂ ਪਹਿਲਾਂ ਜਦੋਂ ਸੰਵਿਧਾਨ ਦੀ ਸਹੁੰ ਚੁੱਕੀ ਆ 12,000 ਕਰੋੜ ਰੁਪਇਆ ਇਸੇ ਘਪਲੇ ਦਾ ਅਕਾਲੀਆਂ ਦੇ ਸਿਰ ਸੀਗਾ ਕੋਂਸਟੇਬਲ ਹੀ ਕਹਿੰਦਾ ਮੈਂ ਕਰੂੰਗਾ ਇਹਦੀ ਇਨਵੈਸਟੀਗੇਸ਼ਨ ਕਰਕੇ ਤਾਂ ਉਹਨਾਂ ਨੂੰ ਨਿਆਂ ਦਊਗਾ ਜਾਂ ਅੰਦਰ ਦਊਗਾ ਬਾਅਦ 'ਚ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੁਣ ਉਹੀ ਅਕਾਲੀ ਇਹਨੂੰ ਘੇਰਦੇ ਆ ਮਤਲਬ ਇਹ ਰਲ ਕੇ ਖਾਂਦੇ ਆ ਇਹ ਮੈਂ ਤਾਂ ਇਹੀ ਕਹੂੰਗਾ ਅਕਾਲੀਆਂ ਨੂੰ ਵੀ ਕਾਂਗਰਸੀਆਂ ਨੂੰ ਵੀ ਜਿੰਨਾ ਸਾਡਾ ਸਿੱਖੀ ਦਾ ਉਹ ਤੁਸੀਂ ਸਾਰੇ 2-2 ਰੁਪਈਏ ਇਕੱਠੇ ਕਰਕੇ ਅੰਮ੍ਰਿਤਸਰ ਸਾਹਿਬ ਨੇ ਸਾਡੇ ਨੂੰ ਗੰਦਗੀ ਸਾਫ਼ ਤੁਸੀਂ ਕਿਉਂ ਲੋਕਾਂ ਦਾ ਪੈਸਾ ਨਜਾਇਜ਼ ਖਾਂਦੇ ਆ ਤੁਹਾਡੇ ਬੱਚਿਆਂ ਦੇ ਪਹਿਲਾਂ ਪੈਸਾ ਨਜਾਇਜ਼ ਨਾ ਖੋ ਗੁਰੂਆਂ ਦਾ ਇਹ ਲੋਕਾਂ ਦਾ ਟੈਕਸ ਦਾ ਪੈਸਾ ਆ ਗੁਰੂ ਨਗਰੀ ਨੂੰ ਸਾਡੀ ਨੂੰ ਸਾਫ਼ ਕਰੋ ਮਿਹਰਬਾਨੀ ਸਤਿ ਸ਼੍ਰੀ ਅਕਾਲ। थैंक यू। देखो जिहड़ी हैरीटेज स्ट्रीट बनाई सी बादल वजारत दे दौरान जा राम तीर्थ जगह राम तीर्थ जिहड़ा स्थान है वाल्मीकि भाईचारे दा उह बहुत वधिया बनाया गया पर इहदे च जिहड़ा हैगा जिस तरह शहर की साफ़ सफाई वास्ते कुछ निजम होंदे ने उहनां दी अणदेखी हो रही है बिल्कुल अमृतसर सिफती दे घर असीं कहने आ टूरिस्ट वड्डे पद्धर ते आउंदा साफ़ सफाई होनी चाहीदी है सवाल इस गल ते जायज़ है जो बाई जी ने उठाया। बाकी साधु सिंह होरां ने चुप्पी अपनी तोड़ी आ कहिंदे मैनूं तो बिना वजह फसाया गया जिहड़ा वधीक सकत्तर सीगा कृपा शंकर सरोज की रिपोर्ट नूं उन्होंने रद्द कर दिता है कहिंदे इहदे च कोई लॉजिक नहीं है तत्थ नहीं है। वैसे धर्म सोत होरां दे मामले दे विच सियासत जिहड़ी है वह पूरी भख चुकी है जिस तरह सेंटर ने 2 IAS अधिकारी इसकी जाँच लई ला दिते ने क्योंकि केंद्र सरकार का फैसला साधु सिंह धर्म सोत इस मामले दे विच लगता मुश्किल च बहुत आउणगे क्योंकि पिछले लंबे समय तो जो उन्होंने बादलों को जां भाजपा जां मोदी साहब को घेरते रहे हैं एज ए स्पोक्सपर्सन एक राजकुमार वेरका ने एक साधु सिंह ने 2-3 ही स्पोक्सपर्सन ने बाकी तो कांग्रेस वाले बोलते कोई नहीं। सो साधु सिंह होरां नूं इस मामले काफ़ी
ਜਿਹੜਾ ਹੈਗਾ ਕਠਿਨ ਯੋਗ ਦੇ ਵਿੱਚੋਂ ਨਿਕਲਣਾ ਪੈਣਾ, ਪੈਂਡਾ ਛੁੱਟਣਾ ਮੁਸ਼ਕਲ ਹੈ। ਸੀ ਬੀ ਆਈ ਨੂੰ ਵੀ ਇਨਕੁਆਇਰੀ ਮਾਰਕ ਹੋ ਸਕਦੀ ਹੈ, ਹਾਲਾਤ ਮਾੜੇ ਰਹਿਣਗੇ। ਵੈਸੇ ਪਟਿਆਲਾ 'ਚ ਸਾਧੂ ਸਿੰਘ ਹੀ ਆਉਂਦੇ ਹੁੰਦੇ ਸੀਗੇ ਇਸ ਹਲਕੇ 'ਚ, ਕਿਉਂਕਿ ਬ੍ਰਹਮਿੰਦਰਾ ਅਤੇ ਕੈਪਟਨ ਸਾਹਿਬ ਤੋਂ ਪਹਿਲਾਂ ਹੀ ਆਉਣੋਂ ਹਟ ਗਏ ਸੀਗੇ, ਅਤੇ ਸਾਧੂ ਸਿੰਘ ਆਉਂਦੇ ਸੀ, ਉਹ ਵੀ ਪਟਿਆਲਾ 'ਚੋਂ ਹੁਣ ਜਾਂ ਇਸ ਹਲਕੇ 'ਚੋਂ ਗਾਇਬ ਨੇ। ਆਪਦਾ ਸਵਾਗਤ ਸਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਉਹ ਪਾਲ ਜੀ ਸਵਾਗਤ। ਹਾਂਜੀ ਭਾਅ ਜੀ, ਮੈਂ ਕਹਿਣਾ ਚਾਹੁੰਦਾ ਸੀ ਜਿਹੜਾ ਫੇਸਬੁੱਕ ਜਾਂ ਕੋਈ ਸੋਸ਼ਲ ਮੀਡੀਆ ਜਾਂ ਕੋਈ ਇਲੈਕਟ੍ਰੋਨਿਕ ਮੀਡੀਆ ਹੈਗਾ ਨਾ, ਵੀ ਇਹ ਜਿਹੜਾ ਵੇਸਟ ਪੁਆਇੰਟ ਗਰੀਡ ਹੈਗਾ ਨਾ, ਹੁਣ ਜਿਵੇਂ ਇਹਨਾਂ ਨੇ ਫੇਸਬੁੱਕ ਵਾਲਿਆਂ ਨੇ ਵੀ ਕਿਹਾ ਵੀ ਸਾਡਾ ਬਿਜ਼ਨਸ ਪੁਆਇੰਟ ਆਫ ਵਿਊ ਤੋਂ ਅਸੀਂ ਇਹ ਕੁਛ ਕਰ ਰਹੇ ਹਾਂ। ਹੁਣ ਪਹਿਲਾਂ ਇਹ ਬੀਜੇਪੀ ਦੀ ਨਹੀਂ ਸੀ ਗੌਰਮੈਂਟ, ਦੂਜੀਆਂ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਕੋਲ ਸੀਗਾ ਸਾਰੇ ਕੋਲ ਸੋਰਸਿਸ, ਰਾਈਟ? ਉਦੋਂ ਬੀਜੇਪੀ ਦੀਆਂ ਇਹ ਬੰਦ ਕਰਦੇ, ਉਦੋਂ ਉਹ ਮਿਸਯੂਜ਼ ਕਰਦੇ ਸੀ, ਹੁਣ ਇਹ ਕਰਦੇ ਆ। ਹਾਂਜੀ, ਹੁਣ ਜਿਵੇਂ ਆਪਣੇ ਵੀ, ਜਿਵੇਂ ਹੁਣ ਆਪਣੇ ਵੀ ਕੋਈ ਸੋਸ਼ਲ ਵੈਲਿਊਜ਼ ਦੀ ਕੋਈ ਗੱਲ ਕਰਦਾ ਜਾਂ ਉਹਦੀ ਉਦੋਂ ਉਹ ਤੁਹਾਨੂੰ ਮੈਸੇਜ ਆ ਜਾਂਦਾ, ਰਾਈਟ? ਜੇ ਤੁਸੀਂ ਗੇ ਵਗੈਰਾ ਦੇ ਅਗੇਂਸਟ ਬੋਲਦੇ ਆ, ਜੇ ਹੁਣ ਤੁਸੀਂ ਰਿਲੀਜੀਅਸ ਜਾਂ ਕਿ ਸੋਸ਼ਲ ਜਿਹੜੀਆਂ ਆਪਣੀਆਂ ਸਟਾਫ ਉਹਨਾਂ ਦੇ ਅਗੇਂਸਟ ਦੇਖੋ ਕੀ ਕੁਛ ਹੁੰਦਾ। ਤੁਸੀਂ ਬੀਬੀ ਜਗੀਰ ਕੌਰ ਦੀ ਤੁਸੀਂ ਉੱਥੇ ਪੋਸਟ ਪਾ ਕੇ ਦੇਖ ਲਓ ਕਿੰਨੀਆਂ ਗਾਲਾਂ, ਇਹਨੂੰ ਵੱਢੋ ਜੀ, ਇਹਨੂੰ ਕੁੱਟੋ ਜੀ, ਇਹਨੂੰ ਆਹ ਕਰੋ, ਉਹ ਕੋਈ ਨਹੀਂ ਉਹਨਾਂ ਨੂੰ ਡਿਲੀਟ ਕਰਦਾ, ਰਾਈਟ? ਹੁਣ ਆਪਣੇ ਇੱਕ ਆਸਟ੍ਰੇਲੀਆ 'ਚ ਸੀਗਾ ਆਪਣਾ ਸਿੰਘ, ਉਹ ਗੌਂਡਾਂ ਦੇ ਅਗੇਂਸਟ ਬੋਲਦਾ, ਉਹਦੀ ਬੜੀ ਵਾਰੀ ਉਹਨਾਂ ਨੇ ਫੇਸਬੁੱਕ ਆਪਣੀ ਬਲੌਕ ਕੀਤੀ ਹੈ, ਰਾਈਟ? ਅਤੇ ਉਹ ਆਪਣੇ ਇੰਡੀਆ ਦੀਆਂ ਵੀ ਪਤਾ ਨਹੀਂ ਜਿਹੜੀਆਂ ਇੰਟੈਲੀਜੈਂਸ ਸੀਗੀਆਂ ਉਹਨਾਂ ਨੇ ਪਤਾ ਨਹੀਂ ਕਿੰਨੇ 75 ਕੇਸਿਸ ਉਹਦੇ ਉੱਤੇ ਪਾਏ ਹੈਗੇ, ਕੋਈ ਭਾਈ ਹੈਗਾ ਆਪਣੇ ਉਹ ਜਲਦੀ ਉਹ ਰਿਲੀਜੀਅਸ ਮਾਈਂਡਡ ਬੰਦਾ ਹੈਗਾ, ਵੀ ਇਹ ਐਜ਼ ਏ ਵੈਪਨ ਯੂਜ ਕੀਤਾ ਜਾ ਰਿਹਾ, ਚਾਹੇ ਇਲੈਕਟ੍ਰੋਨਿਕ ਮੀਡੀਆ ਚਾਹੇ ਸੋਸ਼ਲ ਮੀਡੀਆ ਹੈਗਾ। ਆਈ ਥਿੰਕ ਇਹ ਟੋਟਲੀ ਬੰਦ ਹੋਣੇ ਚਾਹੀਦੇ ਸਾਰਾ ਕੁਛ ਹੀ, ਮੈਂ ਇਹੀ ਕਹਿਣਾ ਜੀ। ਥੈਂਕ ਯੂ ਪਾਲ ਜੀ, ਥੈਂਕ ਯੂ। ਕਿਉਂਕਿ ਫੇਸਬੁੱਕ ਮੁੱਦੇ 'ਤੇ ਜਿਹੜੀ ਸੰਸਦੀ ਕਮੇਟੀ ਬਣੀ ਹੋਈ ਹੈ, ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ ਇਹ ਸੂਚਨਾ ਤਕਨੋਲੋਜੀ ਬਾਰੇ ਸੰਸਦੀ ਕਮੇਟੀ ਹੈ, ਜੋ ਦੇਸ਼ ਦੇ MP ਨੇ, ਉਹਨਾਂ 'ਚ ਸਾਰੀ ਪਾਰਟੀਆਂ ਦੇ MP ਲੈ ਕੇ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਨੇ। ਸੋ ਇਹ ਜਿਹੜੀ ਸੰਸਦੀ ਕਮੇਟੀ ਹੈ, ਇਸ ਦੇ ਅੱਗੇ ਫੇਸਬੁੱਕ ਇੰਡੀਆ ਦੇ ਜਿਹੜੇ ਮੁਖੀ ਨੇ ਮਿਸਟਰ ਮੋਹਨ, ਅਜੀਤ ਮੋਹਨ, ਇਹ ਪੇਸ਼ ਹੋਏ ਨੇ। ਸੋ ਇਹਨਾਂ ਨੇ ਵਾਲ ਸਟ੍ਰੀਟ ਜਰਨਲ ਦੇ ਵਿੱਚ ਜੋ ਤੱਤ ਛਪੇ ਸੀ ਕਿ ਇੰਡੀਆ ਦੇ ਵਿੱਚ ਫੇਸਬੁੱਕ ਮੋਦੀ ਨਾਲ ਮਿਲ ਕੇ ਕੰਮ ਕਰ ਰਹੀ ਹੈ, ਇਸ ਮਾਮਲੇ 'ਚ ਪੁੱਛਗਿੱਛ ਕੀਤੀ ਸੀ ਬਿਊਰੋਕਰੇਟ ਨੇ। ਮੋਹਨ ਜੀ ਹੁਣੀ ਕੀ ਰਾਹ ਦੇਣ ਵਾਲੇ ਨੇ ਸੰਸਦੀ ਕਮੇਟੀ ਨੂੰ, ਸ਼ਸ਼ੀ ਥਰੂਰ ਹੋਰਾਂ ਨੂੰ? ਸੋ ਇਸ ਮਾਮਲੇ ਦੇ ਵਿੱਚ ਇਹ ਤਾਂ ਇੱਕ ਜੱਗ ਜਾਹਰ ਗੱਲ ਹੈ ਕਿ ਪੋਲੀਟੀਕਲ ਪਾਰਟੀਆਂ ਇਸ ਦੀ ਵਰਤੋਂ ਕਰਦੀਆਂ ਨੇ, ਇਹਦੇ 'ਚ ਕੋਈ ਦੋਰਾਵਾਂ ਨਹੀਂ। ਕਾਂਗਰਸ ਵੇਲੇ ਵੀ ਹੁੰਦੀ ਸੀ, ਹੁਣ ਵੀ ਹੁੰਦੀ ਸੀਗੀ। ਸੋ ਇਹ ਬਹੁਤ ਮਾੜਾ ਰੁਝਾਨ ਹੈ, ਇਹਦੇ ਨਾਲ ਸਾਨੂੰ ਉਹ ਵਹਿਮ ਦੂਰ ਕਰ ਲੈਣਾ ਚਾਹੀਦਾ ਕਿ ਸਾਡੀ ਜਿਹੜੀ ਆਜ਼ਾਦੀ ਹੈ ਸ਼ਾਇਦ ਫੇਸਬੁੱਕ ਜਾਂ ਸੋਸ਼ਲ ਸਾਈਟਸ 'ਤੇ ਹੈਗੀ ਹੈ, ਕੋਈ ਆਜ਼ਾਦੀ ਨਹੀਂ ਹੈ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਇਸੇ ਵਿਸ਼ੇ 'ਤੇ ਗੱਲ ਹੋਏਗੀ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਫੇਸਬੁੱਕ ਦੇ ਮੋਦੀ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਲੱਗ ਰਹੇ ਨੇ, ਤੁਹਾਡਾ ਇਸ ਦੇ ਬਾਰੇ ਕੀ ਨਜ਼ਰੀਆ ਕਿ ਸੋਸ਼ਲ ਸਾਈਟਸ ਵਾਕਈ ਆਜ਼ਾਦ ਨੇ, ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਕੀ ਵਿਚਾਰ ਪੇਸ਼ ਕਰਨੇ ਨੇ, ਉਸ ਦੇ ਬਾਰੇ ਆਪਦਾ ਸਵਾਗਤ ਇਸ ਬ੍ਰੇਕ ਤੋਂ ਬਾਅਦ। ਸਤਿਕਾਰਤ ਦਰਸ਼ਕਾਂ ਦਾ ਇਸ ਵਕਫੇ ਤੋਂ ਬਾਅਦ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ ਸਵਾਗਤ ਹੈ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੀ ਗੱਲਬਾਤ ਦਾ ਆਪਣਾ ਦੋਸਤੋ ਵਿਸ਼ਾ ਹੈ ਕਿ ਜਿਸ ਤਰ੍ਹਾਂ ਫੇਸਬੁੱਕ ਦੇ ਮਾਮਲੇ ਦੇ ਵਿੱਚ ਭਾਰਤ ਦੀ ਮੋਦੀ ਸਰਕਾਰ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਇਹ ਫੇਸਬੁੱਕ ਨਾਲ ਮਿਲੀ ਹੋਈ ਹੈ, ਫੇਸਬੁੱਕ ਇਹਨਾਂ ਦੀ ਸਪੋਰਟ ਕਰਦਾ, ਪਹਿਲਾਂ ਕਾਂਗਰਸ ਪਾਰਟੀ ਅਤੇ ਹੁਣ ਮਮਤਾ ਬੈਨਰਜੀ ਜਿਹੜੀ ਹੈ ਤ੍ਰਿਣਮੂਲ ਕਾਂਗਰਸ ਵੱਲੋਂ ਇਹ ਚਿੱਠੀਆਂ ਨੇ ਜਿਹੜੀਆਂ ਮਾਰਕ ਜ਼ਕਰਬਰਗ ਨੂੰ ਲਿਖੀਆਂ ਗਈਆਂ ਨੇ। ਉੱਧਰ ਕੁਝ ਦਿਨ ਪਹਿਲਾਂ ਭਾਰਤ ਦੇ IT ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੋਸ਼ ਲਾਏ ਸੀ, ਫੇਸਬੁੱਕ ਨੂੰ ਚਿੱਠੀ ਲਿਖੀ ਸੀ ਕਿ ਇੰਡੀਆ ਦੇ ਵਿੱਚ ਕੁਝ ਫੇਸਬੁੱਕ ਗਰੁੱਪ ਨੇ ਜੋ ਪ੍ਰਧਾਨ ਮੰਤਰੀ ਸਾਹਿਬ ਨੂੰ ਮਾੜਾ ਬੋਲਦੇ ਨੇ, ਇਹ ਬੈਨ ਕੀਤੇ ਜਾਣ। ਹੁਣ ਤੁਸੀਂ ਵੇਖੋ ਕਿ ਫੇਸਬੁੱਕ ਨੇ 29 ਕਰੋੜ ਭਾਰਤੀਆਂ ਦੇ ਖਾਤੇ ਬਣਾ ਦਿੱਤੇ ਨੇ ਅਤੇ ਉਹਨਾਂ ਦਾ ਇੱਕ ਵੱਡਾ ਮਤਲਬ ਪ੍ਰਭਾਵ ਹੈ ਭਾਰਤ ਦੇ ਵਿੱਚ। ਸੋ ਇਸ ਕਰਕੇ ਭਾਰਤ ਦੇ ਸਰਕਾਰ ਵਾਲੇ ਵੀ ਹੁਣ ਰਵੀ ਸ਼ੰਕਰ ਪ੍ਰਸਾਦ ਫੇਸਬੁੱਕ ਨੂੰ ਗੁਜ਼ਾਰਿਸ਼ਾਂ ਕਰ ਰਹੇ ਆ ਅਤੇ ਉੱਧਰ ਜਿਹੜੇ ਵਿਰੋਧੀ ਨੇ ਉਹ ਵੀ ਕਰ ਰਹੇ ਨੇ। ਸੋ ਇਹ ਕਾਰਪੋਰੇਟ ਨੇ ਮਾਰਕ ਜ਼ਕਰਬਰਗ ਨੂੰ ਕੀ ਮਤਲਬ ਹੈ ਕਿਸੇ ਲੋਕਤੰਤਰ ਨਾਲ ਜਾਂ ਕਿਸੇ ਦੇਸ਼ ਦੀ ਭਲਾਈ ਨਾਲ, ਉਹਨੂੰ ਮਤਲਬ ਹੈ ਤਾਂ ਆਪਣੇ ਨੋਟਾਂ ਨਾਲ। ਹੁਣ ਉੱਧਰ ਮੋਦੀ ਸਰਕਾਰ ਨੇ ਪਬਜੀ ਸਮੇਤ ਜਿਹੜੀਆਂ 100-150 ਜਿਹੜੀਆਂ ਸਾਈਟਸ ਨੇ ਬੰਦ ਕਰ ਦਿੱਤੀਆਂ ਨੇ, ਪਬਜੀ ਹੋਰਾਂ ਦੇ ਪੱਬ ਚੁਕਾ ਦਿੱਤੇ ਨੇ। ਇਹ ਇਸ਼ਾਰਾ ਹੋ ਗਿਆ ਫੇਸਬੁੱਕ ਜਾਂ ਹੋਰ ਸਾਈਟਸ ਨੂੰ ਵੀ ਜਾਂ ਤਾਂ ਬੰਦੇ ਬਣ ਜਾਓ, ਸਾਡੇ ਨਾਲ ਮਿਲ ਕੇ ਚੱਲੋ, ਨਹੀਂ ਤਾਂ ਤੁਹਾਡੇ ਨਾਲ ਵੀ ਇਹੀ ਕੁਛ ਹੋਣੀ ਹੈ ਜੋ ਚਾਈਨਾ ਵਾਲਿਆਂ ਨਾਲ ਹੋਈ ਹੈ, ਪਬਜੀ ਹੋਰਾਂ ਨਾਲ ਹੋਈ ਹੈ। ਸੋ ਟਿਕਟੋਕ ਨਾਲ ਹੋਈ ਹੈ। ਸੋ ਇਸ ਮਾਮਲੇ ਦੇ ਵਿੱਚ ਇਹ ਗੇਮ ਖੇਡੀ ਜਾ ਰਹੀ ਹੈ, ਆਮ ਲੋਕ ਇਹਨਾਂ ਦੇ ਯੂਜ਼ਰਸ ਬਣ ਕੇ, ਉਹਨਾਂ ਨੂੰ ਪਤਾ ਨਹੀਂ ਉਹਨਾਂ ਦਾ ਇੰਟਰਨੈਟ ਦਾ ਸਾਧਨ ਹੈ ਉਹਨਾਂ ਕੋਲ ਆਪਣੇ ਗੱਲ ਕਹਿਣ ਦੀ, ਇਹ ਗੱਲ ਵੀ ਨਹੀਂ ਕਿ ਫੇਸਬੁੱਕ ਦਾ ਫਾਇਦਾ ਕੋਈ ਨਹੀਂ। ਇਸ ਆਧਾਰ 'ਤੇ ਦੇਖੋ ਆਪਾਂ ਜੁੜੇ ਹਾਂ, ਹੋਰ ਕਿੰਨੇ ਸਾਧਨ ਨੇ
ਜਦੋਂ ਸਰਕਾਰਾਂ ਦਾ ਹੁਣ ਕੇਵਲ ਮਾਫੀਆ ਹੈਗਾ ਜਿਹੜਾ ਉਹ ਕੰਮ ਨਹੀਂ ਕਰਨ ਦਾ, ਲੋਕ ਫੇਸਬੁੱਕ ਯੂਟਿਊਬ 'ਤੇ ਲਾਈਵ ਹੋ ਕੇ ਆਪਣਾ ਰੋਜ਼ੀ ਰੋਟੀ ਚਲਾਉਂਦੇ ਨੇ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਨੇ, ਲੋਕਾਂ ਕੋਲ ਬਦਲ ਕੋਈ ਨਹੀਂ, ਕੋਈ ਵੱਡਾ ਮਗਰਮੱਛ ਹੈ ਕੋਈ ਛੋਟਾ, ਕੇਵਲ ਵਾਲੇ ਨੇ ਜਿਹੜੇ ਉਹ ਛੋਟੇ ਛੋਟੇ ਮਗਰਮੱਛ ਨੇ, ਸਪਤਾਹਿਕ ਅਖਬਾਰਾਂ ਵਾਲੇ, ਟੈਲੀਵਿਜ਼ਨ ਰੇਡੀਓ ਵਾਲੇ ਛੋਟੇ ਛੋਟੇ ਮਗਰਮੱਛ ਨੇ ਬਹੁਤੇ, ਅਤੇ ਇਹ ਜਿਹੜੇ ਨੇ ਕਾਰਪੋਰੇਟ ਨੇ ਜਿਹੜੇ ਫੇਸਬੁੱਕ ਘਰਾਣੇ ਨੇ ਜਾਂ ਸੋਸ਼ਲ ਸਾਈਟਸ ਇੰਸਟਾ ਫਲਾਂ ਫਲਾਂ, ਇਹ ਵੱਡੇ ਮਗਰਮੱਛ ਨੇ। ਸੋ ਆਮ ਬੰਦੇ ਦਾ ਕਿਤੇ ਕੁਛ ਵਟੀਂਦਾ ਨਹੀਂ ਹੈ। ਇਹ ਸਾਨੂੰ ਸਤਰਕ ਰਹਿਣਾ ਚਾਹੀਦਾ ਕਿ ਜਿਹੜੀਆਂ ਸਾਈਟਸ 'ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ ਉਸ ਤੋਂ ਆਪਣੇ ਆਪ ਨੂੰ ਲਾਂਭੇ ਕਰ ਲਈਏ। ਇਸ ਦਾ ਇਹੀ ਇੱਕ ਹੱਲ ਹੈ। ਸੋ ਇਸ ਬਾਰੇ ਗੱਲਬਾਤ ਹੋਣੀ ਹੈ, ਤੁਸੀਂ ਕਾਲ ਕਰਨੀ ਹੈ 0175 5156 'ਤੇ ਜਾਂ ਇੰਟਰਨੈਸ਼ਨਲ ਕਾਲ ਨੰਬਰ 888-923-2650 'ਤੇ। ਆਪ ਜੀ ਦਾ ਸਵਾਗਤ ਹੈ ਸਰ। ਹੈਲੋ, ਹਾਂਜੀ ਹਾਂਜੀ ਟਵਾਣਾ ਸਾਹਿਬ, ਮੈਂ ਲਾਈਨ 'ਤੇ ਜੀ। ਹਾਂਜੀ ਹਾਂਜੀ, ਤੁਸੀਂ ਗੱਲ ਕਰ ਸਕਦੇ ਹੋ। ਹੈਲੋ, ਹਾਂਜੀ ਮੈਂ ਜੀ ਕੁਲਵੀਰ ਬੋਲਦਾ ਪਿਆ USA ਤੋਂ। ਹਾਂਜੀ ਕੁਲਵੀਰ ਜੀ, ਸਵਾਗਤ। ਹਾਂਜੀ, ਮੈਂ ਥੋੜ੍ਹਾ ਜਿਹਾ ਟੋਪਿਕ ਤੋਂ ਹਟ ਕੇ ਗੱਲ ਕਰਨੀ ਸੀ ਆਪਣਾ ਸਮੇਰ ਸਿੰਘ ਸੈਣੀ ਬਾਰੇ, ਕਰ ਸਕਦੇ ਜੀ ਗੱਲ? ਹਾਂ ਹਾਂ ਕਰੋ, ਇੰਨੀ ਚੀਜ਼ ਤਾਂ ਹੋ ਜਾਣੀ ਸੀ, ਖੁੱਲ੍ਹੀ ਗੱਲ ਹੁੰਦੀ, ਸੰਖੇਪ 'ਚ ਕਰ ਲਓ ਪਲੀਜ਼। ਹਾਂਜੀ ਹਾਂਜੀ ਠੀਕ ਹੈ ਜੀ। ਓਕੇ, ਮੈਂ ਇਹੀ ਕਹਿਣਾ ਸੀ ਮੈਂ ਕਿ ਜਿਹੜਾ ਕੋਰਟ ਇਹਨੂੰ ਇੰਨੀ ਰਾਹਤ ਦੇ ਜਾ ਰਹੀ ਆ ਕਿ ਮੈਂ ਸਾਨੂੰ ਲੱਭਦਾ ਨਹੀਂ ਜਾਂ ਕੁਛ ਵੀ ਆ, ਕੋਰਟ ਇਹ ਨਹੀਂ ਕਹਿ ਸਕਦੀ ਕਿ ਇਸ ਬੰਦੇ ਨੂੰ ਸਰੈਂਡਰ ਕਰਨਾ ਹੀ ਪੈਣਾ, ਨਹੀਂ ਤਾਂ ਇਹਦਾ ਕੋਈ ਵੀ ਵਕੀਲ ਜਾਂ ਦਲੀਲ ਦੀ ਕੋਈ ਨਹੀਂ ਸੁਣੀ ਜਾਊਗੀ ਨਾ ਕਿਸੇ ਵੀ ਕੋਰਟ ਦੇ ਵਿੱਚ, ਇਹ ਇੱਦਾਂ ਦਾ ਕੋਈ ਹੱਲ ਨਹੀਂ ਹੈਗਾ। ਤਾਂ ਦੂਜੀ ਗੱਲ ਇਹ, ਉਹਦੇ ਹੱਕ 'ਚ ਤਾਂ ਮੈਂ ਹੈ ਨਹੀਂਗਾ, ਪਰ ਕਿ ਜਿਹੜਾ ਇਹ ਕੰਮ ਕਰਦੇ ਰਹੇ ਪਹਿਲਾਂ ਕਿ ਟੱਬਰਾਂ ਦੇ ਟੱਬਰ ਚੱਕ ਲੋਕਾਂ ਦੇ ਮਾਲ ਡੰਗਰ ਵੀ ਚੱਕ ਕੇ ਲੈ ਜਾਂਦੇ ਸੀ, ਇਹ ਕਿ ਉਹ ਇਹਦੇ ਲਈ ਨਹੀਂ ਵਰਤਿਆ ਜਾ ਸਕਦਾ ਤਰੀਕਾ? ਥੈਂਕ ਯੂ ਜੀ। ਮਿਹਰਬਾਨੀ। ਦੇਖੋ, ਅਦਾਲਤੀ ਪ੍ਰਣਾਲੀ ਦਾ ਜਿਹੜਾ ਸਿਸਟਮ ਹੈ, ਹੁਣ ਅਦਾਲਤੀ ਪ੍ਰਣਾਲੀ ਦਾ ਵੀ ਕੀ ਕਰੋਗੇ? ਜਸਟਿਸ ਰੰਜਨ ਗੋਗੋਈ ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਰਹੇ ਨੇ, ਸੁਪਰੀਮ ਕੋਰਟ ਚਲੇ ਗਏ, ਉਸ ਤੋਂ ਬਾਅਦ ਉਹਨਾਂ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ, MP ਬਣ ਗਏ ਨੇ, ਕਿਉਂਕਿ ਅਸਾਮ ਦੇ ਵਿੱਚ ਜਿਹੜਾ CAA ਲਾਗੂ ਹੋਇਆ, ਨੈਸ਼ਨਲ ਰਜਿਸਟਰ ਲਾਗੂ ਹੋਇਆ, ਸੋਰੀ, ਉਸ ਮਾਮਲੇ ਦੇ ਵਿੱਚ ਉਹ ਹੁਣ ਅਸਾਮ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ BJP ਦੇ ਘਨੇੜੇ ਚੜ੍ਹ ਕੇ। ਹੁਣ ਜੇ ਬਾਂਦਰ ਦੇ ਕਹੇ 'ਤੇ ਅਦਾਲਤਾਂ ਫੈਸਲੇ ਸੁਣਾਉਣਗੀਆਂ ਕਿ ਰਾਮ ਮੰਦਰ ਦੇ ਦਰਵਾਜ਼ੇ ਖੋਲ੍ਹਣੇ ਨੇ ਜਾਂ ਨਹੀਂ, ਬਾਂਦਰ ਦੇ ਪ੍ਰਭਾਵ ਦੇ ਵਿੱਚ ਆ ਕੇ ਜੇ ਇੱਕ ਜਸਟਿਸ ਆਪਣਾ ਜੁਡੀਸ਼ਰੀ ਵਰਤਦਾ, ਜਜਮੈਂਟ ਕਰਦਾ, ਸੋਰੀ, ਤਾਂ ਫਿਰ ਕੀ ਉਮੀਦ ਰੱਖੀ ਜਾ ਸਕਦੀ ਹੈ? ਸੋ ਇਸ ਮਾਮਲੇ ਦੇ ਵਿੱਚ ਹੁਣ ਜਿਸ ਤਰ੍ਹਾਂ ਪ੍ਰਸ਼ਾਂਤ ਭੂਸ਼ਣ ਨੇ ਸਿਰਫ ਇਹੀ ਕਿਹਾ ਸੀ ਕਿ ਦੇਸ਼ ਦੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ ਸ਼ਰਦ ਚੰਦਰ ਬੋਬੜੇ, ਉਹਨਾਂ ਦੇ ਬਾਰੇ, ਕਿਉਂਕਿ ਸ਼ਰਦ ਚੰਦਰ ਬੋਬੜੇ ਸਾਹਿਬ ਦੇ ਜਿਹੜੇ ਪਿਤਾ ਜੀ ਨੇ RSS ਦੇ ਵਕੀਲ ਸੀਗੇ ਨਾਗਪੁਰ ਦੇ ਜੰਮਪਲ ਨੇ, ਸ਼ਰਦ ਚੰਦਰ ਬੋਬੜੇ ਜਿਹੜੇ ਦੇਸ਼ ਦੇ ਮੁੱਖ ਜੱਜ ਨੇ ਇਸ ਵਕਤ, ਉਹ ਕਿਤੇ ਖੜ੍ਹੇ ਸੀਗੇ, ਮੋਟਰਸਾਈਕਲ 'ਤੇ ਸੀ, ਉਹਨਾਂ ਨੇ ਨਾ ਹੈਲਮਟ ਪਾਇਆ ਸੀ ਨਾ ਮਾਸਕ ਲਾਇਆ ਸੀ। ਸੋ ਇਸ ਤਰ੍ਹਾਂ ਦੀ ਟਿੱਪਣੀ ਉਹਨਾਂ ਨੇ ਕੀਤੀ ਸੀ, ਜਾਂ ਉਹਨਾਂ ਨੇ ਟਿੱਪਣੀ ਕੀਤੀ ਸੀ 2010 ਦੇ ਵਿੱਚ ਕਿ ਭਾਰਤ ਦੀ ਸੁਪਰੀਮ ਕੋਰਟ ਦੇ 16 ਦੇ ਵਿੱਚੋਂ 8 ਜੱਜ ਚੀਫ ਜਸਟਿਸ ਆਫ ਇੰਡੀਆ ਕਰਪਟ ਰਹੇ ਨੇ। ਸੋ ਇਸ ਮਾਮਲੇ 'ਚ ਪ੍ਰਸ਼ਾਂਤ ਭੂਸ਼ਣ ਨੂੰ 1 ਰੁਪਏ ਜੁਰਮਾਨਾ ਕੀਤਾ ਗਿਆ, ਆਲੋਚਨਾ ਅਦਾਲਤ ਦੀ ਟੇਢੇ ਢੰਗ ਤਰੀਕੇ ਨਾਲ ਹੋ ਰਹੀ ਹੈ। ਸੋ ਇਸ ਮਾਮਲੇ 'ਚ ਕੁਛ ਪੋਜ਼ਿਟਿਵ ਵੀ ਹੋ ਰਿਹਾ। ਇਲਾਹਾਬਾਦ ਹਾਈ ਕੋਰਟ ਨੇ ਡਾਕਟਰ ਕਫੀਲ ਖਾਨ ਹੋਰਾਂ ਨੂੰ, ਜਿਨ੍ਹਾਂ ਨੇ ਆਕਸੀਜਨ ਕਾਂਡ ਜੋ ਗੋਰਖਪੁਰ ਦੇ ਵਿੱਚ ਹੋਇਆ ਸੀ ਯੋਗੀ ਸਰਕਾਰ ਦਾ, 60-70 ਬੱਚਿਆਂ ਦੀ ਮੌਤ ਹੋਈ ਸੀ ਆਕਸੀਜਨ ਦੀ ਘਾਟ ਕਾਰਨ, ਉਸ ਦਾ ਪਰਦਾ ਫਾਸ਼ ਕੀਤਾ ਸੀ ਉਸ ਮਾਮਲੇ 'ਚ, ਉਹਨਾਂ ਦੇ ਉੱਤੇ NSA ਲਾ ਦਿੱਤਾ, ਦੇਸ਼ ਧਰੋਹੀ ਲਾ ਦਿੱਤਾ। ਹੁਣ ਦੇਸ਼ ਧਰੋਹੀ ਤਾਂ ਕੋਈ ਵੀ ਬਣ ਸਕਦਾ, ਮੈਨੂੰ ਤਾਂ ਲੱਗਦਾ ਇੰਡੀਆ ਦੇ ਵਿੱਚ ਇੱਕ ਖਬਰ ਆ ਰਹੀ ਹੈ, ਇਹ ਜਿਹੜਾ ਰਫੇਲ ਦੀ ਬੜੀ ਤਾਰੀਫ ਕੀਤੀ ਜਾ ਰਹੀ ਹੈ ਕਿ ਬਹੁਤ ਤਕੜਾ ਜਹਾਜ਼ ਹੈ, ਹੈਗਾ ਤਾਂ ਸਹੀ ਕਰ, ਭਾਰਤੀ ਮੀਡੀਆ ਕਹਿੰਦਾ ਹੁਣ ਰਫੇਲ ਆ ਗਿਆ, ਹੁਣ ਸਾਨੂੰ ਤਾਂ ਕਿਸੇ ਦੀ ਡਰ ਨਹੀਂ। ਰਫੇਲ ਨੂੰ ਕਬੂਤਰਾਂ ਤੋਂ ਡਰ ਹੈ, ਅੰਬਾਲਾ ਦੇ ਵਿੱਚ 10-15 ਕਿਲੋਮੀਟਰ ਏਰੀਏ 'ਚ ਕਬੂਤਰ ਰੱਖਣੇ ਬੈਨ ਕਰ ਦਿੱਤੇ ਨੇ, ਉਹ ਜਿਹੜਾ ਚੀਨੇ ਕਬੂਤਰ ਲੋਕ ਰੱਖਦੇ ਸੀ, ਕਿ ਕਬੂਤਰਾਂ ਨਾਲ ਟਕਰਾ ਕੇ ਰਫੇਲ ਦਾ ਐਕਸੀਡੈਂਟ ਹੋ ਸਕਦਾ, ਹਾਦਸਾ ਹੋ ਸਕਦਾ, ਕ੍ਰੈਸ਼ ਹੋ ਸਕਦਾ। ਹੁਣ ਆ ਪਾਕਿਸਤਾਨ ਵਾਲਿਆਂ ਨੇ ਕਮੇਡੀ ਬਣਾ ਦੇਣੀ ਇਹਦੇ 'ਤੇ। ਖੈਰ, ਬਾਕੀ ਕਰੋਨਾ ਪੀਰੀਅਡ ਚੱਲ ਰਿਹਾ, ਇਸ ਕਰੋਨਾ ਪੀਰੀਅਡ ਦੇ ਦੌਰਾਨ ਤਾਂ ਕਈ 5 ਪੱਤਰਕਾਰਾਂ ਦੇ ਪੰਜਾਬ 'ਚ ਪਰਚੇ ਹੋ ਗਏ ਕਿ ਤੁਸੀਂ ਕਰੋਨਾ ਵਾਰੀਅਰਸ ਨੂੰ ਜਿਹੜਾ ਹੈਗਾ ਗੁੰਮਰਾਹ ਕਰਦੇ ਹੋ, ਕਰੋਨਾ ਵਾਰੀਅਰਸ ਨੂੰ ਭੰਡ ਦਿਓ। ਹੁਣ ਆ ਰਜਿੰਦਰਾ ਹਸਪਤਾਲ 'ਚ ਕੀ ਨਹੀਂ ਹੋਇਆ, ਲਾਸ਼ਾਂ ਤੋਂ ਤਾਂ ਕੱਪੜੇ ਲਾਏ ਜਾਂਦੇ ਨੇ, ਜਿਉਂਦਿਆਂ ਤੋਂ ਵੀ ਕੱਪੜੇ ਲਾਏ ਜਾਂਦੇ ਨੇ। ਉਹ ਬਜ਼ੁਰਗ ਜਗਦੀਸ਼ ਸ਼ਰਮਾ ਸਾਹਿਬ 85 ਸਾਲਾਂ ਨੰਗਾ ਕਰਕੇ ਘਰ ਭੇਜਿਆ, ਕੱਛਾ ਤੱਕ ਵੀ ਨਹੀਂ ਸੀ ਉਹਦੇ, ਤੁਸੀਂ ਵੇਖੋ ਐਡਾ ਲਾਂਤੀ ਸਿਸਟਮ ਹੋ ਗਿਆ। ਹੁਣ ਕਪਤਾਨ ਸਾਹਿਬ ਕਹਿਣਗੇ ਟਵਾਣਾ ਫਿਰ ਆਲੋਚਨਾ ਕਰਦਾ, ਕਰੋਨਾ ਵਾਰੀਅਰ ਦੀ ਉਹ ਕਰਦਾ, ਬਦਖੋਈ ਕਰਦਾ। ਹੁਣ 85 ਸਾਲਾਂ ਬਜ਼ੁਰਗ ਜਗਦੀਸ਼ ਸਿੰਘ ਨੇ ਉਹਨਾਂ ਦੀਆਂ ਪਰਿਵਾਰਕ ਔਰਤਾਂ ਨੂੰ ਉਹ ਬਜ਼ੁਰਗ ਚਾਦਰ 'ਚ ਲਪੇਟ ਕੇ ਨੰਗਾ ਕਰਕੇ ਉਹਨਾਂ ਦੀ ਗੱਡੀ 'ਚ ਰੱਖ ਦਿੱਤਾ, ਅਤੇ ਸ਼ੁਕਰ ਇਹ ਸੀ ਬਜ਼ੁਰਗ ਦਲੇਰ ਸੀਗਾ, ਉਹ ਇੰਨੇ ਦਿਨ ਵਾਰਡ 'ਚ ਰਿਹਾ ਪਰ ਉਹ ਕੱਟ ਗਿਆ, ਹਾਲਾਂਕਿ ਉਹਦਾ ਪੱਟ ਟੁੱਟਿਆ ਹੋਇਆ ਸੀਗਾ। ਪਰ ਕਰੋਨਾ ਵਾਰੀਅਰ ਦੀ ਆਲੋਚਨਾ ਕਿਉਂ ਨਾ ਹੋਵੇ,
ਹੁਣ ਮਹਾਂਮਾਰੀ ਐਕਟ ਹੈ, ਮੇਰੇ 'ਤੇ ਵੀ ਪਰਚਾ ਕਰ ਦਿਓ ਕਪਤਾਨ ਸਾਹਿਬ, ਇੱਕ ਅੱਧਾ ਹੋਰ ਕਰ ਦਿਓ ਜੇ ਕਸਰ ਕੋਈ ਰਹਿੰਦੀ ਹੈ। ਸੋ ਇਸ ਕਰਕੇ ਬੋਲਣ ਦੀ ਆਜ਼ਾਦੀ ਤਾਂ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦੀ। ਹੁਣ ਮੈਂ ਆਪਣੀ ਕਹਾਣੀ ਤੁਹਾਨੂੰ ਦੱਸਾਂ, ਜਦੋਂ 2017 ਦੀ ਇਲੈਕਸ਼ਨ ਸੀ, ਮੈਂ ਹੁਣ ਵੀ ਕਹਿਣਾ ਕਿ NRI ਤੁਹਾਨੂੰ ਬਹੁਤ ਲੋਕ ਲੁੱਟਦੇ ਨੇ, ਮੰਤਰੀ ਸੰਤਰੀ ਗਵੰਤਰੀ ਠਗੰਤਰੀ ਛੱਡਦਾ ਤੁਹਾਨੂੰ ਕੋਈ ਨਹੀਂ ਹੈ, ਤੁਹਾਨੂੰ ਜਜ਼ਬਾਤੀ ਤੌਰ 'ਤੇ ਜਜ਼ਬਾਤੀ ਕਰਕੇ ਤੁਹਾਡਾ ਬਲੈਕਮੇਲਿੰਗ ਹੁੰਦੀ ਹੈ ਵੀ ਤੁਸੀਂ ਨੋਟ ਨਾ ਦਿਓ, ਵੋਟ ਦਿਓ, ਆਪਣੀਆਂ ਵੋਟ ਬਣਾਓ। 25-30 ਲੱਖ ਵੋਟ ਪੰਜਾਬੀਆਂ ਦੀ ਬਣ ਸਕਦੀ ਹੈ ਜਿਹੜੇ ਵਿਦੇਸ਼ਾਂ 'ਚ ਨੇ, ਸਟੂਡੈਂਟ ਜਾਂ ਜਿਹਨਾਂ ਕੋਲ ਇੰਡੀਅਨ ਪਾਸਪੋਰਟ ਹੈ। ਇਸ ਮੁੱਦੇ 'ਤੇ ਮੈਂ ਸਪੈਸ਼ਲੀ ਆਰਟੀਕਲ ਵੀ ਲਿਖਿਆ ਟ੍ਰਿਬਿਊਨ ਅਖਬਾਰ 'ਚ, ਪਰ ਇਸ ਮੁੱਦੇ ਨੂੰ ਪੋਲੀਟੀਕਲ ਪਾਰਟੀਆਂ ਨੇ ਨਹੀਂ ਚੱਕਿਆ। ਜੇ NRI ਵੋਟ ਬਣਾ ਲੈਣ, ਮੈਂ ਦਾਅਵੇ ਨਾਲ ਕਹਿੰਦਾ ਸਿਆਸਤਦਾਨ ਤੁਹਾਡੇ ਦਰਿਆ ਅੱਗੇ ਜਿਹੜਾ ਡੰਡੌਤਾਂ ਕਰਦੇ ਫਿਰਨਗੇ, ਕਿਉਂਕਿ 25-30 ਲੱਖ ਵੋਟ ਜੇ NRI ਦੀ ਬਣ ਜਾਂਦੀ ਹੈ, ਫਲੋਟਿੰਗ ਵੋਟ ਹੈ ਜਿਹਨੇ ਪੰਜਾਬ ਦੀ ਸਰਕਾਰ ਡਿਸਾਈਡ ਕਰਨੀ ਹੈ ਕਿ ਕਿਹਦੀ ਹੈ। ਇਹ ਪੋਸਟ ਮੈਂ ਸਾਰੇ ਜਿਹੜੇ ਮੁੱਖ ਪੇਜ ਸੀ ਉਹਨਾਂ 'ਤੇ ਪਾ ਦਿੱਤੀ 2017 'ਚ। ਕਾਂਗਰਸ ਪਾਰਟੀ ਨੇ ਮੈਨੂੰ ਇਸੇ ਕਰਕੇ ਬਲੌਕ ਕੀਤਾ ਹੋਇਆ, ਆ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜਿਹੜਾ ਪੇਜ ਹੈ ਨਾ, PPSC ਵਾਲਾ, PPCs ਵਾਲਾ, ਉਸ 'ਤੇ ਮੈਨੂੰ ਬਲੌਕ ਕੀਤਾ ਹੋਇਆ ਇਹ ਪੋਸਟ ਪਾਉਣ ਦੀ ਬਣਾ 'ਤੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਯਾਰ ਜੇ ਇਹ ਪੋਸਟ NRI ਕੋਲ ਚਲੀ ਗਈ, NRI ਵੋਟਾਂ ਬਣਾ ਲੈਣਗੇ। NRI ਇੰਨੇ ਮੌਜੂ ਨੇ ਕਿ 150 ਵੋਟ ਸੀ, ਹੁਣ 250 ਹੈ ਤੁਹਾਡੀ, ਤੁਸੀਂ ਵੀ ਸੁਧਰਦੇ ਨਹੀਂ, ਮੈਂ ਕਹਾਂਗਾ ਵੋਟ ਬਣਾਓ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਸਾਰੇ ਲੋਕਾਂ ਨੂੰ, ਬੱਚਿਆਂ ਨੂੰ ਕੁੱਤਿਆਂ ਨੇ ਕੱਟ ਲਿਆ। ਸੁਖਬੀਰ ਬਾਦਲ ਦੀ ਵਜ਼ਾਰਤ ਸੀ, ਮੈਂ ਕਮੈਂਟ ਕਰ ਦਿੱਤਾ ਬੀਬਾ ਬਾਦਲ ਦੀ ਅਤੇ ਸੁਖਬੀਰ ਬਾਦਲ ਦੀ ਕਿ ਪੰਜਾਬ ਦੇ ਵਿੱਚ ਕਤੀੜ ਰਾਜ ਚੱਲ ਰਿਹਾ, ਕੁੱਤਿਆਂ ਦੀ ਦਹਿਸ਼ਤ ਚੱਲ ਰਹੀ ਹੈ, ਕੁੱਤਿਆਂ ਦਾ ਰਾਜ ਚੱਲ ਰਿਹਾ, ਇਹਨੂੰ ਰੋਕੋ। ਲਫ਼ਜ਼ ਭਾਵੇਂ ਟੇਢਾ ਸੀ, ਸਖ਼ਤ ਵੀ ਨਹੀਂ ਸੀ ਐਡਾ, ਅਗਲਾ ਕਹਿੰਦਾ ਕਤੀੜ ਦਾ ਰਾਜ ਹੈ ਜੀ ਗਲੀਆਂ 'ਚ, ਤਾਂ ਕੁੱਤਿਆਂ ਦਾ ਰਾਜ ਆ, ਕਿੰਨੇ ਮਾਸੂਮ ਬੱਚਿਆਂ ਨੂੰ ਖਾ ਗਏ ਕੁੱਤੇ, ਵੀ ਇਹਦਾ ਕੁਛ ਕਰੋ। ਸੁਖਬੀਰ ਬਾਦਲ ਸਾਹਿਬ ਨੇ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਮੈਨੂੰ ਬਲੌਕ ਕੀਤਾ ਹੋਇਆ। ਹੁਣ ਭਗਵੰਤ ਮਾਨ ਮਿੱਤਰ ਮੇਰਾ, ਸਿਆਸੀ ਮਿੱਤਰ ਕਹਿ ਲਈਏ, ਉਹਦੀ ਬਿਨਾਂ ਤਾਂ ਚਲੋ ਮੇਰੀ ਨੌਕਰੀ ਗਈ, ਉਹ ਗਿਆ, ਉਹ ਕੋਈ ਮਨ ਹੀ ਨਹੀਂ ਰੱਖਦਾ। ਭਗਵੰਤ ਮਾਨ ਨੇ ਵੀ ਮੈਨੂੰ ਬਲੌਕ ਕੀਤਾ ਹੋਇਆ। ਹੁਣ ਕੈਸਰ ਕਿਹੜੀ, ਹੁਣ ਕੋਈ ਕਹਿਣਗੇ ਅਕਾਲੀਆਂ ਨੇ ਬੁਰਕੀ ਪਾਤੀ, ਕੋਈ ਕਹਿਣਗੇ ਕਾਂਗਰਸ ਨੇ ਬੁਰਕੀ ਪਾਤੀ, ਕੋਈ ਕਹਿਣਗੇ ਤਾਂ ਆਮ ਆਦਮੀ ਪਾਰਟੀ ਦੇ ਝਾੜੂ ਫਰੀ ਫਿਰਦਾ। ਇਹ ਹਾਲਾਤ ਨੇ, ਹਾਲਾਂਕਿ ਮੈਨੂੰ ਬਦਤਮੀਜ਼ੀ ਕਈ ਲੋਕ ਕਰ ਜਾਂਦੇ ਨੇ, ਪਰ ਮੈਂ ਕਿਸੇ ਨੂੰ ਗਾਲ ਤੱਕ ਨਹੀਂ ਕੱਢਦਾ ਫੇਸਬੁੱਕ ਸੋਸ਼ਲ ਸਾਈਟਸ 'ਤੇ, ਉੱਦਾਂ ਠੀਕ ਹੈ, ਜੱਟ ਸਾਡੇ ਅੰਦਰ ਵੀ ਇਹ ਨਹੀਂ ਨਿਕਲਦਾ। ਪਰ ਫਿਰ ਵੀ ਮਤਲਬ ਜੇ ਮੈਨੂੰ ਬਲੌਕ ਕੀਤਾ ਹੋਇਆ ਤਾਂ ਹੋਰ ਕਿੰਨੇ ਲੋਕ ਨੇ, ਕਿਹਨਾਂ ਨੂੰ ਕਿੰਨਾ, ਇਹਨਾਂ ਸਾਰਿਆਂ ਦੇ ਮੈਂ ਤੁਹਾਨੂੰ ਕਿੱਸੇ ਸੁਣਾ ਦਿੱਤੇ, ਜਿਹੜੇ ਕਹਿੰਦੇ ਫਰੀਡਮ ਆਫ ਐਕਸਪ੍ਰੈਸ਼ਨ ਚਾਹੀਦੀ ਹੈ, ਜਿਹੜੇ ਐਮਰਜੈਂਸੀ ਖਿਲਾਫ ਲੜਦੇ ਸੀ, ਜਿਹੜੀ ਕਾਂਗਰਸ ਐਡੀਆਂ ਗੱਲਾਂ ਕਰਦੀ ਸੀ, ਜਿਹੜਾ ਭਗਵੰਤ ਮਾਨ ਸੋਸ਼ਲ ਸਾਈਟਸ ਦੀ ਗੱਲ ਕਰਦਾ, ਬੋਲਣ ਦੀ ਆਜ਼ਾਦੀ ਦੀ ਗੱਲ ਕਰਦਾ, ਇਹਨਾਂ ਨੇ ਆਪ ਮੈਨੂੰ ਬਲੌਕ ਕੀਤਾ ਹੋਇਆ। ਦੱਸੋ ਕੀ ਮੈਂ ਮਾੜਾ ਕਿਹਾ ਸੀ? ਇਹੀ ਕਿਹਾ ਸੀ ਵੀ ਭਾਈ ਜਿਹੜੀਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਸੁਨਾਮ ਕਾਲਜ 'ਚ ਪਈਆਂ ਨੇ, ਉਹਨਾਂ ਦੀ ਕੋਈ ਯਾਦਗਾਰ ਬਣਾ ਦਿਓ। ਕੀ ਗੁਨਾਹ ਕਰ ਦਿੱਤਾ ਸੀ ਮੈਂ? ਇਹ ਹਾਲਾਤ ਨੇ ਇਹਨਾਂ ਦੇ। ਸੋਰੀ, ਆਪ ਦਾ ਸਵਾਗਤ ਸਰ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸ਼ੇਰਗਲ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਾਈ ਜੀ, ਤੁਹਾਡੇ ਨਾਲ ਗੱਲਾਂ ਸੁਣ ਰਹੇ ਹਾਂ, ਭਾਵਕ ਗੱਲਾਂ। ਤੇ ਬਾਈ ਜੀ, ਮੈਂ ਤਾਂ ਇੱਕ ਗੱਲ ਕਹੂੰਗਾ, ਇੱਕ ਅਦਾਨ ਜੀ ਕਹਾਵਤ ਜੀ ਬਣੀ ਸੀ ਵੀ ਇੱਕ ਦੂਜਾ ਸਮਝਣ ਵਾਲੇ ਸਮਝ ਜਾਣਗੇ ਵੀ ਇੱਕ ਕਰਪਟ ਜਾਂ ਮਤਲਬ ਵੀ ਪੋਲੀਟੀਸ਼ੀਅਨ ਦਾ ਮੁੰਡਾ ਆਪਦੇ ਡੈਡੀ ਨੂੰ ਕਹਿੰਦਾ, ਕਹਿੰਦਾ ਵੀ ਆਪਾਂ ਡੈਡੀ ਦੂਜਾ ਆਹ ਤਾਂ ਬਾਪੂ ਕਰ ਲਿਆ ਸਾਰੇ ਇਲੈਕਟ੍ਰੋਨਿਕ ਮੀਡੀਆ, ਦੂਜਾ ਅਖਬਾਰਾਂ ਜਾਂ TV ਆਪਾਂ ਕਾਬੂ ਕਰ ਲਿਆ ਪੈਸੇ ਨਾਲ ਜਾਂ ਧੱਕੇ ਨਾਲ ਮਸਲ ਦੇ ਤੌਰ 'ਤੇ, ਪਰ ਇੱਕ ਫੇਸਬੁੱਕ ਅਤੇ ਵਟਸਐਪ ਜਿਹਾ ਬਣਿਆ ਇਹ ਨਹੀਂ ਕਾਬੂ ਆਉਂਦਾ। ਉਹ ਕਹਿੰਦਾ ਪੁੱਤ ਜਿਗਰਾ ਰੱਖ, ਇਹਦਾ ਵੀ ਜਿਗਾੜ ਕਰਦੇ ਹਾਂ ਕੋਈ, ਮੈਨੂੰ ਲੱਗਦਾ ਇਹਨੂੰ ਦਾ ਜਿਗਾੜ ਉਹ ਲੋਟ ਆ ਗਿਆ, ਅਤੇ ਉਹ ਜਿਗਾੜ ਹੁਣ ਬਣ ਗਿਆ। ਉਹਨਾਂ ਨੇ ਕਮਰ ਕਿਸੇ ਜਿਵੇਂ ਤੁਸੀਂ ਤੁਹਾਨੂੰ ਬਲਾਕ ਕੀਤਾ, ਹੋਰ ਤਰ੍ਹਾਂ ਦੇ ਜਾਂ ਫੇਸਬੁੱਕ ਦੇ ਮਾਲਕ ਤਾਂ ਹੀ ਗੱਲਾਂ ਇਹੋ ਜਿਹੀਆਂ ਕਰਕੇ ਜੋ ਵੀ ਹੈ, ਪਰ ਇਹਨਾਂ ਨੇ ਤਾਂ ਬਾਈ ਜੀ ਪੁੱਠੇ ਕੰਮ ਕਰਨ ਨੂੰ, ਇਹ ਸਾਡਾ ਇੰਡੀਆ ਦੇ ਲੀਡਰ ਹੈ, ਇਹਨਾਂ ਦੇ ਦਿਮਾਗ ਚੱਲਦੇ ਆ ਬਾਈ ਜੀ, ਫੇਸਬੁੱਕ ਸੋਸ਼ਲ ਮੀਡੀਆ ਨੂੰ ਵੀ ਇਹ ਕਾਬੂ ਕਰ ਜਾਣਗੇ। ਇਹਨਾਂ ਨੇ ਤਾਂ ਆਹ ਦੇਸ਼ ਨਹੀਂ ਛੱਡੇ ਬਾਈ ਜੀ, ਆਪਦੀ ਪੋਲੀਟਿਕਸ ਜਿਹੜੀਆਂ ਇੱਥੋਂ ਚੱਕ ਕੇ ਆਪਦਾ ਟੋਕਰਾ ਸਾਰਾ ਲੈਟੀਆਂ ਦਾ ਇੱਥੇ ਕਨੇਡਾ ਅਮਰੀਕਾ ਜਾਂਦਾ, ਇਹਨਾਂ ਦੇ ਪੋਲੀਟੀਸ਼ੀਅਨਾਂ ਦੀ ਸਿਖਾਤਾ, ਇੱਥੇ ਡੋਰ ਟੂ ਡੋਰ ਕੰਪੇਨ ਕਰਨੀ ਸਿਖਾਤੀ, ਸ਼ਰਾਬਾਂ ਵੰਡਣੀਆਂ ਇੱਥੇ ਸਿਖਾਤੀਆਂ ਇਹਨਾਂ ਨੇ, ਫਿਰ ਆ ਮੋਦੀ ਉਹਨਾਂ ਨੇ ਟਰੰਪ ਹੁਣੀ ਜਿਹੀਆਂ ਚਾਲਾਂ ਨੇ, ਉਸ ਤਰ੍ਹਾਂ ਇਹ ਚੱਲਦੇ, ਇਹ ਵੀ ਚੱਲੀ ਜਾਂਦੇ ਆ, ਰਾਈਟ? ਸੋ ਇਹ ਪੋਸੀਬਲ ਆ ਬਾਈ ਜੀ, ਇਹ ਜਿਹੜੇ ਲੋਕ ਆ ਸਾਡੇ ਪੈਸੇ ਦੇ ਤੌਰ ਤੇ ਕੁਛ ਵੀ ਕਰ ਸਕਦੇ ਬਾਈ ਜੀ, ਇਹ ਸੱਚ ਨੂੰ ਬੰਦ, ਆਵਾਜ਼ ਨੂੰ ਬੰਦ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਆ, ਬਸ ਮੈਂ ਤਾਂ ਇੰਨਾ ਹੀ ਕਹੂੰਗਾ। ਮਿਹਰਬਾਨੀ ਜੀ। ਹਰਮਿੰਦਰ ਸਿੰਘ ਬਾਈ ਜੀ ਬਠਿੰਡਾ ਤੋਂ ਕਹਿੰਦੇ ਬ੍ਰਿਸਬੇਨ ਤੋਂ ਲੇਟ ਹਾਜ਼ਰੀ ਪ੍ਰਵਾਨ ਕਰੋ। ਜਗਜੀਤ ਸਿੰਘ ਖੱਕ ਰਾਜਸਥਾਨ ਤੋਂ ਲੇਖਕ ਨੇ, ਲੱਗਦਾ ਨਹੀਂ ਕਹਿੰਦੇ ਨੇੜ ਭਵਿੱਖ 'ਚ ਦੇਸ਼ 'ਚ ਕੋਈ ਸੁਧਾਰ ਹੋ ਸਕਦਾ ਕਿਉਂਕਿ ਲੋਕ ਵੀ ਜਾਗਰੂਕ ਨਹੀਂ ਹੋ ਰਹੇ, ਲੋਕਾਂ ਨੂੰ ਵੀ ਸਮਝ ਦੀ ਘਾਟ ਹੈ। ਬਿਲਕੁਲ ਹਰਜਿੰਦਰ ਸਿੰਘ ਨਿੱਜਰ ਸੋਢੀ ਰੂਪ ਵਾਲੇ ਕਹਿੰਦੇ ਕਰਮ ਹੋਤ ਦੇ ਕਰਮ ਕੋਈ ਚੰਗੇ ਨਹੀਂ ਹੁੰਦੇ। ਖੈਰ, ਆਪ ਦਾ ਸਵਾਗਤ ਸਰ। ਹਾਂਜੀ, ਸਤਿ ਸ਼੍ਰੀ ਅਕਾਲ ਟਵਾਣਾ ਜੀ। ਜੀ ਰਨਾਵਾ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਇਹ ਤੇ ਹੋ
ਪਹਿਲਾਂ ਕਿਸੇ ਜ਼ਮਾਨੇ ਸੋਸ਼ਲ ਮੀਡੀਆ ਹੁੰਦਾ ਸੀ, ਹੁਣ ਤੈਨੂੰ ਸੋਸ਼ਲ ਮੀਡੀਆ ਕਹਿਣਾ ਹੀ ਨਹੀਂ ਚਾਹੀਦਾ, ਹੁਣ ਤੈਨੂੰ ਗਾਲੀ ਗਲੋਚ ਮੀਡੀਆ ਕਹਿਣਾ ਚਾਹੀਦਾ। ਓਨੀ ਗਾਲੀ ਗਲੋਚ ਤਾਂ ਸ਼ਾਇਦ ਟੀਵੀ ਡਿਬੇਟਾਂ 'ਚ ਨਹੀਂ ਹੁੰਦੀ ਜਿੰਨੀ ਲੋਕੀ ਇੱਥੇ ਕਰਦੇ ਆ, ਭਾਵੇਂ ਉਹ ਸਿੰਗਰਾਂ ਦੇ ਫੈਨ ਹੋਣ ਜਾਂ ਜੋ ਵੀ ਆ, ਲੋਕਾਂ ਦੀ ਪਤਾ ਨਹੀਂ ਮਾਫ਼ੀ ਮਾਰੀ ਗਈ। ਇਹ ਜਦੋਂ ਦਾ ਮੋਦੀ ਸਾਹਿਬ ਨੇ ਥੋੜ੍ਹੀ ਜਿਹੀ ਲਗਾਮ ਖੁੱਲ੍ਹੀ ਛੱਡੀ ਹੈ ਨਾ, ਉਦੋਂ ਦਾ ਕੁਛ ਜ਼ਿਆਦਾ ਹੀ ਟਵਾਣਾ ਸਾਹਿਬ ਗੰਦ ਪੈ ਗਿਆ, ਅਤੇ ਇੰਨੀ ਹਨੇਰ ਕਰਦੀ ਵੀ ਚੰਗੀ ਨਹੀਂ ਹੁੰਦੀ। ਚਾਹੇ ਉਹ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਹੇਟ ਸਪੀਚ ਨਹੀਂ ਰਿਮੂਵ ਕਰਦੇ, ਘੱਟੋ ਘੱਟ ਇੰਨਾ ਕੁ ਤਾਂ ਰਿਮੂਵ ਕਰ ਦੇਣਾ ਚਾਹੀਦਾ, ਬਾਕੀ ਤੁਸੀਂ ਸਪੋਰਟ ਕਰਦੇ ਜੋ ਹਿੰਦੂ ਧਰਮ ਦੇ, ਜੋ ਮੰਨੋ ਆਪਣੇ ਧਰਮ ਨੂੰ ਕਰੋ, ਅਸੀਂ ਕੀ ਲੈਣਾ ਦੇਣਾ। ਜਿਹੜੀ ਸਰ ਗੱਲ ਆ ਨਾ, ਤੁਸੀਂ ਕਹਿੰਦੇ ਕਿ ਚਿੱਠੀਆਂ ਲਿਖੀਆਂ ਵਾ, ਉਹ ਹੁਣ ਮਾਰਕ ਪਤਾ ਨਹੀਂ ਚਿੱਠੀ ਪੜੂਗਾ ਕਿ ਨਹੀਂ, ਉਹਨੂੰ ਕਿਸੇ ਨੇ ਪੜਨ ਵੀ ਦੇਣੀ ਹੈ ਕਿ ਨਹੀਂ, ਕਿਉਂਕਿ ਥੱਲੇ ਕਈ ਵਾਰੀ ਜਿਹੜੇ ਚੇਲੇ ਚੱਪੇ ਹੁੰਦੇ ਨੇ ਉਹ ਆਪਣੇ ਆਪ ਨੂੰ ਮਾਲਕ ਸਮਝ ਲੈਂਦੇ ਨੇ, ਉੱਥੋਂ ਤੱਕ ਗੱਲ ਹੀ ਨਹੀਂ ਜਾਣ ਦਿੰਦੇ। ਔਰ ਨਾਲੇ ਉਹ ਵਪਾਰੀ ਹੈ ਜੀ, ਉਹ ਹੈਗਾ ਬਿਜ਼ਨਸਮੈਨ, ਉਹਨੇ ਕੋਈ ਸੋਸ਼ਲ ਸਰਵਿਸ ਕਰਨ ਲਈ ਫੇਸਬੁੱਕ, ਹਾਂ ਉਹਨੇ ਸੋਸ਼ਲ ਸਰਵਿਸ ਕਰਨ ਲਈ ਤਾਂ ਫੇਸਬੁੱਕ ਬਣਾਈ ਨਹੀਂ, ਅਗਲੇ ਨੇ ਪੈਸੇ ਕਮਾਉਣ ਲਈ ਬਣਾਈ ਹੈ। ਅੱਜ ਇਹਨਾਂ ਦਾ ਜ਼ੋਰ ਚੱਲਦਾ, ਅੱਜ ਇਹਨਾਂ ਦੀ ਤਾਦਾਦ ਜ਼ਿਆਦਾ ਬੀਜੇਪੀ ਵਾਲਿਆਂ ਦੀ, ਅਤੇ ਉਹ ਇਹਨਾਂ ਦੇ ਨਾਲ ਹੈ, ਕੱਲ੍ਹ ਨੂੰ ਕੋਈ ਹੋਰ ਆ ਜੂ ਉਹਨੇ ਉਹਦੇ ਨਾਲ ਤੁਰ ਪੈਣਾ, ਕਿਉਂਕਿ ਵਪਾਰੀ ਆ, ਉਹਨੇ ਤਮੜੇ ਕਮਾਉਣੇ ਨੇ, ਉਹਨੇ ਕੋਈ ਲੋਕਾਂ ਦਾ ਨਹੀਂ ਦੇਖਣਾ ਕਿ ਇਹਨਾਂ ਨੂੰ ਕੀ ਹੁੰਦਾ ਹੈ ਕੀ ਨਹੀਂ। ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ ਰੰਧਾਵਾ ਸਾਹਿਬ। ਇਹਦੇ 'ਚ ਰੰਧਾਵਾ ਸਾਹਿਬ ਸਾਨੂੰ ਵੀ ਜਾਗਰੂਕ ਹੋਣਾ ਚਾਹੀਦਾ ਕਿ ਅਸੀਂ ਵੀ ਜਦੋਂ ਲੱਗਦਾ ਕਿ ਇਸ ਤਰ੍ਹਾਂ ਦਾ ਮਤਲਬ ਅਨਯਕੀਨ ਇਹਨਾਂ ਦੀਆਂ ਖਬਰਾਂ 'ਤੇ ਜਾਂ ਇਹਨਾਂ ਦੇ, ਠੀਕ ਹੈ ਇਹਨਾਂ ਨੂੰ ਵਰਤੋ, ਪਰ ਜੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਗਲਤ ਹੋ ਰਿਹਾ ਤਾਂ ਕੋਈ ਨਾ ਕੋਈ ਇਹਦਾ ਵਿਰੋਧ ਹੋਣਾ ਚਾਹੀਦਾ, ਭਾਵੇਂ ਮੋਦੀ ਸਰਕਾਰ ਇਸ ਨੂੰ ਵਰਤਦੀ ਹੈ ਜਾਂ ਕਾਂਗਰਸ ਸਰਕਾਰ ਇਸ ਨੂੰ ਵਰਤਦੀ ਹੈ, ਉਸ ਦਾ ਵਿਰੋਧ ਹੋਣਾ ਚਾਹੀਦਾ, ਕਿਉਂਕਿ ਇਹ ਤਾਂ ਹੀ ਆ ਕੇ ਇਹਨਾਂ ਪ੍ਰਧਾਨ ਮੰਤਰੀਆਂ ਨੂੰ, ਮੁੱਖ ਮੰਤਰੀਆਂ ਨੂੰ ਮਿਲਦੇ ਨੇ, ਕਿਉਂਕਿ ਬਿਜ਼ਨਸ ਹੈ ਇਹਨਾਂ ਦਾ, ਫਿਰ ਇਹਨਾਂ ਨੂੰ ਜਿਹੜੀਆਂ ਐਡਵਰਟਾਈਜ਼ ਨੇ, ਸਪੋਂਸਰ ਪੇਜ ਜਾਂਦੇ ਨੇ, ਕਮਾਈ ਕਰਦੇ ਨੇ ਲੋਕ, ਵੱਡੇ ਕਾਰਪੋਰੇਟ ਮਗਰਮੱਛ ਨੇ। ਆਪਦਾ ਸਵਾਗਤ ਸਰ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਲਾਰ ਸਾਹਿਬ, ਕੀ ਹਾਲ ਚਾਲ ਹੈ? ਗੁੰਮ ਗਏ ਸੀ ਕਈ ਦਿਨ ਹੋ ਗਿਆ ਭਰਾਵਾ। ਨਹੀਂ ਨਹੀਂ ਠੀਕ ਹੈ ਵੀਰ ਜੀ, ਏਦਾਂ ਦੀ ਕੋਈ ਗੱਲ ਨੀ ਬ੍ਰਦਰ। ਅੱਛਾ ਵੀਰ ਜੀ, ਗੱਲ ਪਤਾ ਕਿ ਤੁਸੀਂ ਕਹਿੰਦੇ ਨਾ ਬਾਹਰਲੇ ਬੰਦੇ ਆਣ ਕੇ ਵੋਟਾਂ ਬਣਾਉਣ, ਭਾਜੀ ਇੰਡੀਆ ਦੇ ਪੰਜਾਬ ਦੇ 70% ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਾਡੇ ਕੋਲ ਕੈਨੇਡਾ ਦਾ, USA ਦਾ, ਆਸਟ੍ਰੇਲੀਆ ਦਾ, ਇੰਗਲੈਂਡ ਦਾ ਪਾਸਪੋਰਟ ਹੋਵੇ, ਅਸੀਂ ਬਾਹਰਲੇ ਪਛਿੰਦੇ ਬਣੀਏ, ਕੋਈ ਰਹਿਣਾ ਤਾਂ ਇੱਥੇ ਚਾਹੁੰਦਾ ਨੀ, ਦਾਰੀ ਇਹੋ ਜਿਹਾ ਪਾਇਆ ਹੋਇਆ ਜਿਹਨਾਂ ਨੇ ਵੋਟ ਗੇਨ ਬਣਾਉਣੀ ਆ। ਦੂਸਰੀ ਗੱਲ ਬ੍ਰਦਰ, ਜਿਹੜਾ ਮੋਦੀ ਆ ਨਾ, ਇਸ ਵੇਲੇ ਮੇਰੀ ਸੋਚ ਦੇ ਮੁਤਾਬਕ ਮੋਦੀ ਆ ਨਾ, ਉਹਨੇ ਜ਼ੀਰੋ ਕਰ ਦਿੱਤਾ ਜੀ ਇੰਡੀਆ, ਇੰਡੀਆ ਖਤਮ ਆ, ਚਾਹੇ ਅੱਜ ਹੋ ਜਾਏ ਚਾਹੇ ਕੱਲ ਹੋ ਜਾਏ। ਹਾਂਜੀ, ਓਕੇ ਵੀਰ ਜੀ, ਓਕੇ ਬਾਏ। ਬਿਲਕੁਲ ਜੀ, ਅੰਬਾਨੀਆਂ ਕੋਲ ਗਹਿਣੇ ਹੋ ਗਿਆ, ਅੰਬਾਨੀ ਦੇਖ ਲਓ ਪੰਜਵੇਂ ਨੰਬਰ 'ਤੇ ਆ ਗਿਆ ਦੁਨੀਆਂ ਦੇ ਅਮੀਰਾਂ 'ਚ। ਭੈਣ ਰਾਣੀ ਹਰਵਿੰਦਰ ਜੋਲ ਜੁੜੇ ਨੇ, ਅਵਤਾਰ ਤਾਰਾ ਰਣੀਆ ਜੀ, ਐਡਵੋਕੇਟ ਪ੍ਰਿਤਪਾਲ ਸਿੰਘ ਗਿੱਲ, ਗੁਰਦੀਪ ਸਿੰਘ, ਬਲਜਿੰਦਰ ਸਿੰਘ ਮੌੜ, ਤੀਰਥ ਸਿੰਘ, ਅਸਮਾਨ, ਜਤਿੰਦਰ ਕੁਮਾਰ, ਅਮਰਿੰਦਰ ਸਿੰਘ, ਨਰਿੰਦਰ ਭੁੱਲਰ, ਹਰਦੇਵ ਸਿੰਘ ਜੋਲ, ਚੈਰੀ ਸਾਹਿਬ, ਨਰਿੰਦਰ ਸਿੰਘ, ਸਵਾਗਤ ਹੈ ਸਰ ਆਪ ਜੀ ਦਾ। ਮਨੀਤ ਸਿੰਘ ਗਰੇਵਾਲ ਬੋਲ ਰਿਹਾ ਜੀ, ਕੈਨੇਡਾ ਤੋਂ। ਹਾਂਜੀ ਗਰੇਵਾਲ ਸਾਹਿਬ, ਹੈਲੋ। ਹਾਂਜੀ ਗਰੇਵਾਲ ਸਾਹਿਬ, ਸਵਾਗਤ। ਠੀਕ ਹੈ ਸਰ, ਠੀਕ ਹੈ। ਹਾਂਜੀ ਸਰ, ਆਹ ਫੇਸਬੁੱਕ ਤੇ ਕਮੈਂਟ ਆਹੀ ਕਰਨਾ ਸੀਗਾ ਵੀ ਮੈਂ ਵੀ ਖਬਰ ਇੱਕ ਪਾਉਣਾ ਰਹਿਣਾ, ਆਹ ਆਪਣੇ ਗੋਬਿੰਦ ਕੇ ਸੇਵਕ ਆਪਾਂ ਚਲਾਈ ਦਾ ਨਿਊਜ਼ ਪੇਜ, ਮੈਂ ਉਹਦੇ ਤੇ ਪਾਈ ਸੀਗੀ ਇੱਕ ਖਬਰ। ਉਹਦੇ ਬਾਅਦ ਰਾਹੁਲ ਗਾਂਧੀ ਹੁਣਾਂ ਨੇ ਰੌਲਾ ਨੀ ਪਾਇਆ ਸੀ ਵੀ ਇੰਗਲੈਂਡ ਚ ਪ੍ਰੋਟੈਸਟ ਹੋ ਰਹੇ ਸੀ ਮੋਦੀ ਦੇ ਖਿਲਾਫ, ਕਸ਼ਮੀਰ ਇਸ਼ੂ ਤੇ ਹੋਰ ਸਾਰਾ ਵੀ ਮੋਦੀ ਹਿਟਲਰ ਹੈ ਸਾਊਥ ਏਸ਼ੀਆ ਦਾ। ਹਾਂਜੀ ਹਾਂ, ਉਹ ਖਬਰ ਤੇ ਫਿਰ ਇਹਨਾਂ ਨੇ ਰਿਐਕਟ ਕੀਤਾ ਸੀ ਵੀ ਕੈਨੇਡਾ ਤੋਂ ਖਬਰਾਂ ਪੈ ਸਕਦੀਆਂ ਫੇਸਬੁੱਕ ਤੇ, ਇੰਡੀਆ ਦਾ ਫੇਸਬੁੱਕ ਕਿਉਂ ਬੰਦ ਹੈ, ਵੀ ਇਹ ਹਿਪੋਕ੍ਰੇਸੀ ਕਿਉਂ ਚੱਲਦੀ ਹੈ ਇੱਥੇ। ਹਾਂਜੀ ਹਾਂ, ਉਦੋਂ ਬਾਅਦ ਇਹੀ ਇਹਨਾਂ ਨੇ ਖਬਰ ਇਹੀ ਸੀ ਰਾਹੁਲ ਗਾਂਧੀ ਦਾ ਟਵੀਟ ਵੀ ਸਮ ਸਿਕਸ ਫੋਰ ਆਪਾਂ ਨੂੰ ਨਾ, ਉਹਨਾਂ ਨੇ ਐਸ ਐਫ ਜੇ ਕਹਿਤਾ, ਚਲੋ ਆਪਾਂ ਐਸ ਐਫ ਜੇ ਤਾਂ ਨਹੀਂ ਹੈਗੇ, ਵੀ ਸਿਕਸ ਕਿੰਨਾ ਨੇ ਉਹਨਾਂ ਨੇ ਕੈਨੇਡਾ ਤੋਂ ਜੀ ਆਹ ਖਬਰ ਪਾ ਤੀ ਵੀ ਇੱਥੇ ਕਿਉਂ ਨੀ ਦਿਖਾ ਰਹੇ। ਫਿਰ ਮੈਂ ਗਰੁੱਪਸ ਚ ਪਾ ਤੀ ਸੀਗੀ ਤਾਂ ਕਰਕੇ ਉਹ ਅੱਗੇ ਦੀ ਅੱਗੇ ਸਰਕੂਲੇਟ ਹੋ ਗਈ, ਤੇ ਇਹ ਤਾਂ ਚੱਲਦੀ ਰਿਹਾ ਜੀ, ਇੰਨਾ ਆਰ ਐਸ ਐਸ ਦੇ ਥੱਲੇ ਹੀ ਆ ਜੀ ਇੱਥੇ ਇੰਡੀਆ ਚ ਤਾਂ ਸਾਰਾ ਸੈਟਅਪ, ਜੋ ਚਾਹੁੰਦੇ ਆ ਉਵੇਂ ਹੀ ਚੱਲਦਾ। ਨਹੀਂ ਆਰ ਐਸ ਐਸ ਤਾਂ ਹੁਣ ਵਿਦੇਸ਼ੀ ਮੀਡੀਆ ਤੇ ਸੈਟਅਪ ਕਰਨ ਲੱਗ ਪਈ ਹੈ, ਕਰ ਹੀ ਰਹੀ ਹੈ। ਥੈਂਕ ਯੂ ਸਰ। ਬਿਲਕੁਲ, ਕਿਉਂਕਿ ਦੇਖੋ ਆਰ ਐਸ ਐਸ 10-15 ਹਜ਼ਾਰ ਪੱਤਰਕਾਰਾਂ ਨੂੰ ਇੰਡੀਆ 'ਚ ਸਨਮਾਨਿਤ ਕਰ ਚੁੱਕੀ ਹੈ, ਪ੍ਰਭਾਵ 'ਚ ਲੈ ਚੁੱਕੀ ਹੈ, ਉਹਨਾਂ ਨੂੰ ਗੱਫੇ ਮਿਲਦੇ ਨੇ, ਸਾਰਾ ਕੁਛ ਮਿਲਦਾ, ਇਹਨਾਂ ਦਾ ਜਿਹੜਾ ਸੈਟਅਪ ਆ ਵਿਦੇਸ਼ਾਂ 'ਚ ਵੀ ਹੋ ਗਿਆ ਹੁਣ, ਕਿਉਂਕਿ ਰਚਨਾ ਸਿੰਘ ਹੈ ਜਿਹੜੀ ਐੱਮ ਐੱਲ ਸੀ ਸੀ ਇੱਥੋਂ ਵੈਨਕੂਵਰ ਕੈਨੇਡਾ ਤੋਂ, ਡਾਕਟਰ ਰਘਵੀਰ ਸਿੰਘ ਸੱਜਣਾ ਦੀ ਬੇਟੀ ਹੈ, ਉੱਧਰੋਂ ਦੀ ਐੱਮ ਐੱਲ ਏ ਆ,
उन्हें भी दो ढाई साल पहले ट्रिब्यून अखबार से आख्या कि आर एस एस भारू पै रही है इन्हों का एक एजेंडे के तरी अधीन ये लोग काम कर रहे हैं। कुलदीप सिंह जोड़े ने हरजिंदर सिंह सिकंदर सिंह औजला कहते मुगल राज तानाशाही सी ते हुण तकनीकी राज है, बिल्कुल हुण टैक्नीकल सिस्टम है जी, ये त्रासदी टैक्नीकल है, लोगों तानाशाह चल रहे हैं। आपका स्वागत सर। हैलो इंद्रजीत सिंह होर भी कहते दुनिया कुछ भी याद नहीं, सब कुछ दा पैमाना राजनीति व्यापार ते पैसा तय करदा, सो इहो कुछ भारत में चल रहा, होरना देशों तो ज़्यादा भारत में आजाद सोच का गला घुटिया जा रहा। आपका स्वागत है जी, बोलो। हेलो। हाँ जी स्वागत। हाँ जी टवाणा साहब प्यार भरी सत श्री अकाल जी। जी सत श्री अकाल। हेलो वाल साहब तुहाडी आवाज आ रही है, गल करो प्लीज। ਏਦਾਂ ਜੀ ਤੁਸੀਂ ਵੇਖੋ ਪਹਿਲਾਂ ਤੇ ਤੁਹਾਡੇ ਸਭ ਤੋਂ ਵੱਡੀ ਸੁਪਰੀਮ ਕੋਰਟ ਆ ਤੇ ਉਹਨੇ ਸੱਚ ਨੂੰ ਫਾਂਸੀ ਲਾਤੀ ਆ ਆਵਾਜ਼ ਬੰਦ ਕਰਨ ਵਾਸਤੇ, ਪਰ ਬੰਦੇ ਦੀ ਹਿੰਮਤ ਵੇਖੋ। ਉਹਨੇ ਆਖਿਆ ਮੈਂ ਮਾਫ਼ੀ ਨਹੀਂ ਮੰਗਣੀ ਕੇਜਰੀਵਾਲ ਨੂੰ ਵੀ ਸਾਰਾ ਪੰਜਾਬ ਦਾ ਨੌਜਵਾਨ ਬਰਬਾਦ ਕਰਕੇ ਤੇ 30-40 ਹਜ਼ਾਰ ਬੰਦਾ ਕੋਟਾ ਇਕੱਠਾ ਕਰਕੇ ਤੇ ਮੁੜ ਕੇ ਜਾ ਕੇ ਮੋਗ ਮਾਰ ਕੇ ਆਖੇ ਮੈਨੂੰ ਮਾਫ਼ੀ ਦੇ ਦੇ। ਇਤਿਹਾਸ ਬਣਾ ਗਿਆ ਪ੍ਰਸ਼ਾਂਤ ਭੂਸ਼ਣ ਜਿੰਨੇ, ਭਾਵੇਂ ਉਹਨਾਂ ਨਹੀਂ ਉਹਨੂੰ ਛੋਟ ਦਿੱਤੀ, 1 ਰੁਪਈਆ ਜੁਰਮਾਨਾ ਕੀਤਾ, ਪਾਕਿਸਤਾਨ 'ਚ ਕੁਝ ਸੈਕਿੰਡ ਲਈ ਇੱਕ ਪ੍ਰਧਾਨ ਮੰਤਰੀ ਨੂੰ ਸਜ਼ਾ ਇਹ ਤਾਂ ਉਹਨੂੰ ਰਿਜਾਇਨ ਕਰਨਾ ਪਿਆ, ਸਜ਼ਾ ਤੇ ਸਜ਼ਾ ਹੀ ਆ, ਪਰ ਉਹਦਾ ਵੇਖੋ ਹਿੰਮਤ ਵੇਖੋ, ਉਹਨੇ ਆਹ ਮਾਫ਼ੀ ਨਹੀਂ ਮੰਗਣੀ। ਇਹ ਵੀ ਇੱਕ ਬੜੀ ਵੱਡੀ ਜਿੱਤ, ਇਹ ਵੀ ਮੀਡੀਆ ਦੀ ਸਮਝ ਲਓ ਜਿੱਤ ਆ, ਸਾਰਾ ਮੀਡੀਆ ਸਾਰੇ ਸੱਚੇ ਬੰਦੇ ਉਹਦੇ ਨਾਲ ਐਜੀਟੇਸ਼ਨਾਂ 'ਤੇ ਆਏ, ਵਿਦਰੋਹ ਕੀਤਾ ਤੇ ਨਹੀਂ ਤੇ ਭਾਵੇਂ ਉਹਨੂੰ ਹੋਰ ਜ਼ਿਆਦਾ ਟੰਗ ਦਿੰਦੇ। ਧੰਨਵਾਦ ਜੀ, ਮੀਡੀਆ ਹੈ ਕਿੱਥੇ ਆ, ਇਹਦੇ ਤੁਹਾਡੇ ਮਿਹਰਬਾਨੀ ਮਿਹਰਬਾਨੀ ਬਿਲਕੁਲ ਜੀ, ਦੇਖੋ ਹੱਕ ਹਕੂਕ ਦੇ ਵਾਸਤੇ ਇਕੱਠੇ ਹੋਣਾ ਚਾਹੀਦਾ। ਥੈਂਕ ਯੂ। ਦੇਖੋ ਜਿਹੜਾ ਦੇਸ਼ ਦੇ ਹਾਲਾਤ ਨੇ, ਅੰਬਾਨੀ 5ਵੇਂ ਨੰਬਰ ਦਾ ਅਮੀਰ ਹੋ ਗਿਆ ਦੁਨੀਆ ਦਾ, ਪਰ ਦੇਸ਼ ਦੇ ਹਾਲਾਤ ਨੇ ਜਿਹੜੀ ਰਿਪੋਰਟ ਆਈ ਹੈ ਕਿ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਜਿਹੜੀ ਤਿਮਾਹੀ ਦੀ ਦੇਸ਼ ਦੀ ਘਰੇਲੂ ਪੈਦਾਵਾਰ ਹੈ GDP ਕਹਿੰਦੇ ਜਿਹਨੂੰ, ਉਹ 23.9% ਥੱਲੇ ਡਿੱਗੀ ਹੈ। ਜਾਣੀ ਕਿ ਪਿਛਲੇ ਸਾਲ ਇਸ ਤਿਮਾਹੀ ਦੇ ਦੌਰਾਨ ਜੂਨ ਜੁਲਾਈ ਅਗਸਤ ਦੇ ਮਹੀਨਿਆਂ ਦੇ ਦੌਰਾਨ ਪਿਛਲੇ ਸਾਲ ਨਾਲੋਂ ਇਸ ਸਾਲ ਭਾਰਤੀਆਂ ਨੇ 56% ਪੈਸਾ ਘੱਟ ਖਰਚ ਕੀਤਾ ਪਿਛਲੇ ਸਾਲ ਨਾਲੋਂ। ਜਾਣੀ ਜੇ ਪਿਛਲੇ ਸਾਲ 500 ਰੁਪਈਆ ਖਰਚਿਆ ਸੀਗਾ, ਇਸ ਵਾਰੀ 250 ਖਰਚਿਆ ਇਸ ਤਿਮਾਹੀ 'ਚ, ਇਹ GDP ਇਹਨਾਂ ਲੋਕਾਂ ਦਾ ਆਮਦਨ ਘੱਟ ਗਈ ਹੈ। ਬਾਕੀ ਨਿਰਮਾਣ ਉਦਯੋਗ ਦੇ ਵਿੱਚ ਜਿਹੜੀ ਗਿਰਾਵਟ ਹੈ ਉਹ 39-50% ਹੋ ਗਈ ਹੈ। ਮਤਲਬ ਇੰਨੇ ਹਾਲਾਤ ਮਾੜੇ ਨੇ ਲੋਕਾਂ ਦੇ, ਪਰ ਅੰਬਾਨੀ ਦੇ ਹਾਲਾਤ, ਅੰਡਾਨੀਆਂ ਦੇ ਹਾਲਾਤ ਬੱਲੇ ਬੱਲੇ ਨੇ, ਰਫੇਲ ਵੀ ਇਹ ਬਣਾਉਣ ਅਤੇ ਰੇਲਾਂ ਵੀ ਇਹ ਚਲਾਉਣ, ਜਹਾਜ਼ ਵੀ ਇਹ ਚਲਾਉਣ, ਆਹ ਹੁਣ ਜਿਹੜਾ ਮੁੰਬਈ ਏਅਰਪੋਰਟ ਹੈ ਇਹਦੇ 'ਚ ਵੀ ਹਿੱਸੇਦਾਰੀ ਅੰਡਾਨੀ ਦੀ ਹੋ ਗਈ ਹੈ। ਆਪਦਾ ਸਵਾਗਤ ਸਰ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਯਾਦਵਿੰਦਰ ਸਿੰਘ ਬੋਲਦਾ ਜੀ। ਜੀ ਨਾਨਸੂ ਸਾਹਿਬ ਸਵਾਗਤ। ਅੱਛਾ ਟਾਈਮ ਵੀ ਥੋੜ੍ਹਾ ਹੈ ਜੀ, ਵੈਸੇ ਹੁਣ ਡਿਟੇਲ 'ਚ ਗੱਲ ਨਹੀਂ ਕਰ ਸਕਦੇ। ਗੱਲ ਇਹ ਹੈ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜਾ ਸੋਸ਼ਲ ਮੀਡੀਆ ਦਾ ਮਿਸਯੂਜ਼ ਵੀ ਹੋ ਰਿਹਾ ਨਾ ਨੌਜਵਾਨਾਂ ਵੱਲੋਂ, ਉਹ ਇੱਕ ਮਤਲਬ ਸੋਚ ਸਮਝ ਕੇ ਉਹ ਮਿਸਯੂਜ਼ ਕਰਨ। ਮੇਨ ਗੱਲ ਇਹ ਆ ਵੀ ਜਿਸ ਤਰ੍ਹਾਂ ਸਿੱਧਣੀ ਇਹਨਾਂ ਨੇ ਰੌਲਾ ਪਾ ਕੇ ਬਿਨਾਂ ਗੱਲ ਤੋਂ ਚਿੱਤਰ ਖਾ ਰਹੇ ਨੇ ਦੋਵੇਂ ਪਾਸੇ ਤੋਂ, ਇਹ ਗੱਲਾਂ ਆਪਣਾ ਜਲੂਸ ਕੱਢਣ ਵਾਲੀ ਗੱਲ ਆ। ਬੱਚਿਆਂ ਨੂੰ ਮੈਂ ਇਹੀ ਕਹਿੰਦਾ ਵੀ ਸੋਸ਼ਲ ਮੀਡੀਆ ਦਾ ਜਿਨ੍ਹਾਂ ਨੇ ਬਾਹਰ ਜਾਣਾ ਵਿਦੇਸ਼ਾਂ 'ਚ ਵੀ ਉਹ ਲਵਾਉਣੇ ਨੇ ਆਪਣੇ ਮੀ, ਉਸ 'ਤੇ ਘੱਟੋ ਘੱਟ ਪੋਸਟਾਂ ਸਹੀ ਪਾਓ, ਗਲਤ ਪੋਸਟਾਂ ਨਾ ਪਾਓ, ਕਿਉਂਕਿ ਗੌਰਮੈਂਟ ਇਮੋਸ਼ਨਲ ਪੋਸਟਾਂ ਪਾ ਕੇ ਸਾਨੂੰ ਮਿਸਯੂਜ਼ ਕਰਦੀ ਆ। ਤੇ ਜਿਹੜੀਆਂ ਸਰਕਾਰਾਂ ਨੇ, ਕੇਜਰੀਵਾਲ ਦੀ ਹੋਈ, ਕੈਪਟਨ ਸਾਹਿਬ ਦੀ ਹੋਈ ਤੇ ਮੋਦੀ ਸਾਹਿਬ ਦੀ ਹੋਈ, ਇਹ ਇਮੋਸ਼ਨਲ ਮੀਡੀਆ ਨੂੰ ਹੀ ਵਰਤ ਕੇ ਇਹਨੇ, ਸੋਸ਼ਲ ਮੀਡੀਆ ਨੂੰ ਵਰਤ ਕੇ ਹੀ ਸਰਕਾਰਾਂ ਬਣਾਈਆਂ ਨੇ। ਇਸ ਕਰਕੇ ਥੋੜਾ ਜਿਹਾ ਦੇਖ ਕੇ ਪੋਸਟਾਂ ਦੇ ਉਸ ਹਿਸਾਬ ਨਾਲ ਚੱਲੋ ਤੇ ਆਪਣਾ ਭਵਿੱਖ ਬਣਾਓ, ਨਾ ਜੀ ਥੈਂਕ ਯੂ ਲੋਕਾਂ ਦੀਆਂ ਗੱਲਾਂ ਜਾਓ ਵੀ ਹਾਂ ਜੀ ਫਲਾਣਾ ਗਾਇਕ ਚੰਗਾ ਫਲਾਣਾ ਮਾੜਾ, ਆਪਣੇ ਆਰਤ ਕਾਲਤ ਤੇ ਸੋਸ਼ਲ ਗੱਲਾਂ ਕਰੋ ਤੇ। ਥੈਂਕ ਯੂ ਅੰਡਾਲ ਸਾਹਿਬ, ਵਧੀਆ ਮੈਸੇਜ ਹੈ ਜੀ, ਬਿਲਕੁਲ। ਗੁਰਚਰਨ ਸਿੰਘ ਕਹਿੰਦੇ ਕਈ ਬੁਲਾਰੇ ਸਤਿ ਸ਼੍ਰੀ ਅਕਾਲ ਨੂੰ ਦੁਹਰਾਉਣ 'ਚ ਸਮਾਂ ਬਰਬਾਦ ਕਰਦੇ ਨੇ, ਕਿਰਪਾ ਕਰਕੇ ਮੁੱਦਿਆਂ ਨੂੰ ਜ਼ਿਆਦਾ ਸਮਾਂ ਦਿੱਤਾ ਜਾਵੇ, ਆਪਣੀ ਪਹਿਚਾਣ ਨੂੰ ਘੱਟ ਉਭਾਰਿਆ ਜਾਵੇ। ਸੋ ਬਿੰਦਰ ਮੌੜ ਕਹਿੰਦੇ ਸੜਕ ਮੂਵੀ ਦੇ ਟ੍ਰੇਲਰ ਦੇ ਡਿਸਲਾਈਕ ਨਾਲੋਂ ਤਾਂ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਦੇ ਡਿਸਲਾਈਕ ਜ਼ਿਆਦਾ ਨੇ, ਉਹ ਵੀ ਮਿਲੀਅਨ 'ਚ ਨੇ, BJP ਧੱਕੇ ਨਾਲ ਕਹੀ ਜਾਂਦੀ ਹੈ ਕਿ ਲੋਕ ਸਾਡੇ ਨਾਲ ਨੇ। ਇਕਬਾਲ ਸੋਲ ਕਹਿੰਦੇ ਸਾਰਾ ਪੈਸਾ ਲੋੜਵੰਦ ਗਰੀਬ ਬੱਚਿਆਂ ਦਾ ਸਾਧੂ ਸਿੰਘ ਖਾ ਗਿਆ, ਓੜਕ ਸੱਚ ਰਹੀ, ਕੂੜਨ ਖੁੱਟੇ ਨਾਨਕਾ। ਇੰਜੀਨੀਅਰ ਕੁਲਵੀਰ ਸਿੰਘ ਬੜੈਚ ਲਿਖਦੇ ਨੇ ਅਤੇ ਦੇਸ਼ ਦੀ ਆਜ਼ਾਦੀ ਲਈ ਇੱਕ ਹੋਰ ਜੰਗ ਲੜਨੀ ਪੈਣੀ ਹੈ, ਗੁਰਨਾਰ ਸਿੰਘ ਅਜਨੌਦਾ ਕਲਾਂ ਲਿਖਦੇ ਨੇ। ਦੇਖੋ ਦੋਸਤੋ, ਇਹ ਗੁਜ਼ਾਰਿਸ਼ ਹੈ ਕਿ ਵਧੀਆ ਮੰਚ ਹੈ, ਇਸ ਦਾ ਸਦ ਉਪਯੋਗ ਕਰੀਏ,
आई डी बदल के कई लोग कहें कि गालां कढ के की असी पालेंगे, पर जिहड़ा अगला तुहाडी गलत आई डी ते गाल कढ़दा तुहानूं ते महसूस अंदरों अंदरी हुंदी है कि मैनूं वी गालां पै रहीआं ने। सो इस करके ये जिहड़ा कोई कुत्ते खाणी पेज शुरू हो गया, कोई फलाणी खाणी पेज शुरू हो गया, ये औकात सानूं छड्ड देनी चाहीदी है। कोई किस इंजन महकमा, कोई फलाना महकमा, कोई फैन फालतू बने हुए ने, ये चीज़ों तो गुरेज़ करना चाहिए। संजीदा एंटी बनाओ, आई डी बनाओ, संजीदा संदेश दिओ, नहीं तो सरकार ने किसी ना किसी रूप के टंगना ही टंगना। तो ये गुजारिश के नाल मैं परमिंदर सिंह टिवाणा आप सब सज्जनों तो इतनी आगे चाहूँगा। सत श्री अकाल। हैलो ग्लोबल पंजाब के प्रायोजक हैं जाप ट्रकिंग तो कुलदीप सिंह बड़ैज अति एसोसिएट स्पॉन्सर ने हैरी स्वीट्स एंड स्नैक्स बेलरोज न्यूयॉर्क। हुण तुसी देख सकते हो ग्लोबल पंजाब टीवी नू, डाउनलोड करो साडी ऐप एंड्रॉयड जा आईओएस ते फ्री विच, रोकू अते अमेज़न फायर टीवी ते जा एप्पल टीवी ते, नाल ही देख सकते हो लाइव स्ट्रीमिंग www.globalpunjabtv.com ते।